ਜਦ ਮੁਸ਼ਕਿਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਤਾਂ ਸਿਆਣੇ ਕਹਿੰਦੇ ਨੇ ਵੀ ਸਮਝ ਲਓ ਕਿ ਅੱਧਾ ਹੱਲ ਤਾਂ ਹੋ ਹੀ ਗਿਆ ਅਤੇ ਬਾਕੀ ਵਾਸਤੇ ਲੋੜ ਹੈ ਥੋੜ੍ਹੀ ਜਿਹੀ ਹਿੰਮਤ ਅਤੇ ਕੁਝ ਕੁ ਤਜ਼ਰਬੇ ਕਰਨ ਦੀ। ਗੱਲ ਅਸਲ 'ਚ ਪਤਾ ਕੀ ਹੈ, ਆਮ ਤੌਰ 'ਤੇ ਮੁਸ਼ਕਿਲਾਂ ਦਾ ਹੱਲ ਹੋ ਨਹੀਂ ਪਾਉਂਦਾ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਕਰਕੇ ਸਮਝਣਾ ਬੜਾ ਜ਼ਰੂਰੀ, ਕਿਉਂਕਿ ਅਗਰ ਸਮਝ ਆ ਜਾਵੇਗਾ ਤਾਂ ਹੱਲ ਵੀ ਛੇਤੀ ਨਿਕਲ ਆਵੇਗਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕੰਸੈਪਟ ਕਲਾਸਿਸ 2.0। ਅੱਜ ਗੱਲ ਕਰਦੇ ਹਾਂ ਇੱਕ ਨਵੇਂ ਟੌਪਿਕ ਬਾਰੇ, ਨਵਾਂ ਚੈਪਟਰ ਹੈ ਕੰਜ਼ਿਊਮਰ ਇਕਲਿਬ੍ਰੀਅਮ ਇਨ ਡਿਫਰੈਂਸ ਕਰਵ ਐਨਾਲਿਸਿਸ। ਕੰਜ਼ਿਊਮਰ ਦੇ ਇਕਲਿਬ੍ਰੀਅਮ ਬਾਰੇ ਆਪਾਂ ਇੱਕ ਪਹਿਲਾਂ ਵੀ ਵੀਡੀਓ 'ਚ ਪੜ੍ਹ ਚੁੱਕੇ ਹਾਂ। ਉਹ ਸੀਗਾ ਮਾਰਸ਼ਲ ਵਾਲਾ ਹਿਸਾਬ ਕਿਤਾਬ, ਉਹ ਸੀਗਾ ਯੂਟੀਲਿਟੀ ਐਨਾਲਿਸਿਸ। ਉਹ ਸਾਰੇ ਚੈਪਟਰ ਦੇ ਵਿੱਚ ਆਪਾਂ ਯੂਟੀਲਿਟੀ 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 ਗਾਹ ਪਾ ਰੱਖਿਆ ਸੀ। ਇਸ ਚੈਪਟਰ ਦੇ ਵਿੱਚ ਯੂਟੀਲਿਟੀ ਬਾਰੇ ਗੱਲ ਘੱਟ ਆਏਗੀ, ਵੈਸੇ ਤਾਂ ਨਹੀਂ ਆਏਗੀ, ਇੱਥੇ ਗੱਲ ਆਏਗੀ ਮੇਨ ਇਨਡਿਫਰੈਂਸ ਕਰਵ ਦੀ। ਬਹੁਤ ਇੰਪੋਰਟੈਂਟ ਟੋਪਿਕ ਹੈ ਅਤੇ ਬੜਾ ਸੌਖਾ ਵੀ ਹੈ ਤੁਸੀਂ ਦੱਸਿਆ ਤਾਂ। ਕੰਜ਼ਿਊਮਰ ਪਹਿਲਾਂ ਸਮਝੋ ਕੀ ਹੈ, ਉਹ ਬੰਦਾ ਜੋ ਚੀਜ਼ਾਂ ਨੂੰ ਸਰਵਿਸਿਜ਼ ਨੂੰ ਕੰਜ਼ਿਊਮ ਕਰ ਰਿਹਾ, ਗੁੱਡਸ ਅਤੇ ਸਰਵਿਸਿਜ਼ ਨੂੰ ਕੰਜ਼ਿਊਮ ਕਰਨ ਵਾਲਾ ਕੰਜ਼ਿਊਮਰ ਹੈ। ਆਪਾਂ ਗੱਲ ਕਰ ਰਹੇ ਹਾਂ ਕੰਜ਼ਿਊਮਰ ਦੇ ਇਕਲਿਬ੍ਰੀਅਮ ਦੀ। ਇਕਲਿਬ੍ਰੀਅਮ ਉਹ ਸਿਚੁਏਸ਼ਨ ਹੈ ਜੋ ਕਿ ਕੰਜ਼ਿਊਮਰ ਵਾਸਤੇ ਬੈਸਟ ਮੰਨੀ ਜਾਏਗੀ। ਕਿਉਂ? ਕਿਉਂਕਿ ਉਸ ਸਿਚੁਏਸ਼ਨ 'ਤੇ, ਉਸ ਪੋਜੀਸ਼ਨ 'ਤੇ ਉਸਨੂੰ ਮੈਕਸੀਮਮ ਸੈਟਿਸਫੈਕਸ਼ਨ ਮਿਲ ਰਿਹਾ ਅਤੇ ਕੰਜ਼ਿਊਮਰ ਉਸ ਪੋਜੀਸ਼ਨ 'ਤੇ ਬਹੁਤ ਬਹੁਤ ਖੁਸ਼ ਹੈ। ਉਹ ਉਸ ਪੋਜੀਸ਼ਨ ਤੋਂ ਨਾ ਤਾਂ ਅੱਗੇ ਜਾਣਾ ਚਾਹੇਗਾ ਨਾ ਉਸ ਤੋਂ ਪਿੱਛੇ ਜਾਣਾ ਚਾਹੇਗਾ, ਇਹ ਵੀ ਧਿਆਨ ਰੱਖੋ। ਉਹ ਉਸ ਪੋਜੀਸ਼ਨ 'ਤੇ ਆਪਣੇ ਆਪ ਨੂੰ ਬੈਸਟ ਫੀਲ ਕਰਾ ਰਿਹਾ, ਅੱਗੇ ਜਾਣਾ ਵੀ ਉਸ ਲਈ ਮਾੜਾ ਹੈ, ਪਿੱਛੇ ਆਉਣਾ ਵੀ ਮਾੜਾ ਹੈ, ਤਾਂ ਉਹ ਬੈਸਟ ਸਿਚੁਏਸ਼ਨ ਕੀ ਹੋਏਗੀ, ਉਹ ਹੋਏਗੀ ਕੰਜ਼ਿਊਮਰ ਦਾ ਇਕੁਲਿਬ੍ਰੀਅਮ। ਠੀਕ, ਡਿਟੇਲ ਅੱਗੇ ਦੇਖਿਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਇਨਡਿਫਰੈਂਸ ਕਰੋ ਬਾਰੇ, ਪਰ ਉਹ ਕਰਵ ਬਾਰੇ ਤਾਂ ਸਮਝ ਆਏਗਾ, ਸੈੱਟ ਸਮਝੋ ਇਨਡਿਫਰੈਂਸ ਸੈੱਟ ਕੀ ਹੁੰਦਾ, ਦੇਖਿਓ ਜ਼ਰਾ। ਇਨਡਿਫਰੈਂਸ ਸੈੱਟ, ਇਟ ਇਜ਼ ਅ ਸੈੱਟ ਆਫ ਦੋਜ਼ ਕੰਬੀਨੇਸ਼ਨਸ ਆਫ ਟੂ ਗੁੱਡਸ ਵਿਚ ਆਫਰਸ ਅ ਕੰਜ਼ਿਊਮਰ ਸੇਮ ਲੈਵਲ ਆਫ ਸੈਟਿਸਫੈਕਸ਼ਨ। ਬੇਸਿਕਲੀ ਕਿਆ ਹੈ ਸੈੱਟ, ਮਤਲਬ ਇੱਕ ਟੇਬਲ ਹਮ ਇੱਥੇ ਬਣਾਇਆ ਹੋਇਆ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਅਲੱਗ 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 ਕੋਂਬੀਨੇਸ਼ਨ ਦੀ। ਕੋਂਬੀਨੇਸ਼ਨ ਏ ਬੀ ਸੀ ਡੀ ਈ ਐਫ ਜੀ ਐਚ ਬਹੁਤ ਸਾਰੇ ਹੋ ਸਕਦੇ ਸੀ, ਮੈਂ ਚਾਰ ਲੈ ਲਏ। ਠੀਕ, ਹੁਣ ਇਹਨਾਂ ਕੋਂਬੀਨੇਸ਼ਨ 'ਚ ਖਾਸ ਕੀ ਹੈ, ਇਹਨਾਂ ਕੋਂਬੀਨੇਸ਼ਨ 'ਚ ਇੱਕ ਤਾਂ ਆਪਾਂ ਦੋ ਗੁੜਸ ਲੈਣੀਆਂ ਨੇ, ਸਿਰਫ ਦੋ ਗੁੜਸ ਜ਼ਿਆਦਾ ਨੇ। ਠੀਕ, ਉਸ ਤੋਂ ਬਾਅਦ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ, ਆਪਾਂ ਨੇ ਇਹ ਧਿਆਨ ਰੱਖਣਾ ਹੈ ਕਿ ਹਰ ਇੱਕ ਕੋਂਬੀਨੇਸ਼ਨ ਤੋਂ ਕੰਜ਼ਿਊਮਰ ਨੂੰ ਇਕੁਅਲ ਸੈਟਿਸਫੈਕਸ਼ਨ ਮਿਲੇ, ਸੇਮ ਲੈਵਲ ਆਫ ਸੈਟਿਸਫੈਕਸ਼ਨ ਮਿਲਣੀ ਚਾਹੀਦੀ ਹੈ ਹਰ ਇੱਕ ਕੋਂਬੀਨੇਸ਼ਨ ਤੋਂ। ਮੈਂ ਨਾ ਇੱਥੇ ਟੇਬਲ ਅੱਧਾ ਬਣਾਇਆ ਜਾਣ ਬੁੱਝ ਕੇ ਤਾਂ ਕਿ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਸਮਝਾ ਸਕਾਂ। ਦੇਖੋ ਕੰਜ਼ਿਊਮਰ ਕੀ ਕਰ ਰਿਹਾ, ਇੱਥੇ ਕੰਜ਼ਿਊਮਰ ਦਾ ਇੱਕ ਟੇਬਲ ਹੈ, ਕੰਜ਼ਿਊਮਰ ਐਪਲ ਵੀ ਕੰਜ਼ਿਊਮ ਕਰ ਰਿਹਾ, ਔਰੇਂਜ ਵੀ ਕੰਜ਼ਿਊਮ ਕਰ ਰਿਹਾ, ਉਹ ਸੇਬ ਵੀ ਖਾ ਰਿਹਾ, ਸੰਤਰੇ ਵੀ ਖਾ ਰਿਹਾ। ਹੁਣ ਉਹ ਐਪਲ ਵਧਾ ਰਿਹਾ ਹੌਲੀ ਹੌਲੀ, ਇੱਥੇ ਔਰੇਂਜ ਬਾਰੇ ਆਪਾਂ ਸ਼ੋਅ ਕਰਨਾ, ਉਹ ਮੈਂ ਤੁਹਾਨੂੰ ਦੱਸਦਾ ਕਿਵੇਂ ਕਰਨਾ ਜੀ, ਧਿਆਨ ਨਾਲ ਸਮਝਿਓ। ਇੱਥੇ ਮੈਂ ਨੰਬਰ ਲੈ ਲਿਆ ਸਪੋਜ਼ 10, ਇੱਕ ਗੱਲ ਧਿਆਨ ਨਾਲ ਦੇਖਿਓ, ਇੱਥੇ ਅਗਰ ਇਹ ਨੰਬਰ ਵੱਧ ਰਿਹਾ, ਇੱਕ ਪ੍ਰੋਡਕਟ ਦੀ ਕੰਜ਼ੰਪਸ਼ਨ ਅਗਰ ਵੱਧ ਰਹੀ ਹੈ ਤਾਂ ਦੂਜੇ ਦੀ ਕੰਜ਼ੰਪਸ਼ਨ ਘਟਾਉਣੀ ਪਏਗੀ। ਇਸ ਕਰਕੇ ਨਹੀਂ ਕਿ ਪੈਸੇ ਨਹੀਂ ਹੈਗੇ, ਇਸ ਕਰਕੇ ਕਿਉਂਕਿ ਆਪਣੇ ਕੋਲ ਇੱਕ ਮਜਬੂਰੀ ਹੈ, ਇੱਕ ਓਬਲੀਗੇਸ਼ਨ ਹੈ
ਕਿ ਆਪਾਂ ਚਾਹੁੰਦੇ ਹਾਂ ਹਰ ਲੈਵਲ ਤੇ ਸੈਟੀਸਫੈਕਸ਼ਨ ਸੇਮ ਹੋਵੇ। ਮੈਂ ਕਹਿ ਕੀ ਰਿਹਾ, ਧਿਆਨ ਨਾਲ ਸਮਝਿਓ, ਅਗਰ ਇੱਥੇ ਮੈਂ 10 ਲਿਖਿਆ ਤੇ ਅੱਗੇ ਵੀ 10 ਲਿਖ ਦਵਾਂ ਤਾਂ ਓਬਵੀਅਸਲੀ ਸਾਫ਼ ਪਤਾ ਲੱਗ ਰਿਹਾ ਕਿ ਏ ਤੋਂ ਸੈਟੀਸਫੈਕਸ਼ਨ ਘੱਟ ਮਿਲਦੀ ਪਈ ਹੈ, ਬੀ ਤੋਂ ਜ਼ਿਆਦਾ ਮਿਲਦੀ ਹੈ। ਕਿਉਂ? ਕਿਉਂਕਿ ਬੀ ਦੇ ਵਿੱਚ 2 ਸੇਬ ਤੇ 10 ਸੰਤਰੇ ਹੋ ਗਏ। ਇਹ ਤਾਂ ਗਲਤ ਗੱਲ ਹੈ, ਆਪਾਂ ਇਹ ਫਿਰ ਨਹੀਂ ਕਰਾਂਗੇ ਜੀ। ਮਜਬੂਰੀ ਸਮਝੋ ਕੀ ਹੈ, ਆਪਾਂ ਇਹ ਮੰਨ ਕੇ ਚੱਲੇ ਬੈਠੇ ਹਾਂ ਕਿ ਹਰ ਕੰਬੀਨੇਸ਼ਨ ਤੇ ਸੈਟੀਸਫੈਕਸ਼ਨ ਲੈਵਲ ਸੇਮ ਹੋਣਾ ਚਾਹੀਦਾ। ਤਾਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਨੰਬਰ ਘਟਾਉਣਾ ਪਏਗਾ, ਜੇ ਇੱਕ ਵਧਾ ਰਹੇ ਹੋ ਤਾਂ ਦੂਜਾ ਘਟਾਓਗੇ। ਹੁਣ ਅੱਗੇ ਸਵਾਲ ਖੜਾ ਹੁੰਦਾ ਕਿ ਉਹ ਘਟਾਉਣਾ ਕਿੰਨਾ ਹੈ। ਧਿਆਨ ਨਾਲ ਸਮਝਣਾ, ਦੇਖੋ ਇੱਕ ਨੈਚੁਰਲ ਫੀਨੋਮੀਨਾ ਇੱਥੇ ਕੰਮ ਕਰਦਾ। ਜਿਵੇਂ 10 ਤੋਂ ਬਾਅਦ ਮੈਂ 9 ਵੀ ਲਿਖ ਸਕਦਾ, 8 ਵੀ ਲਿਖ ਸਕਦਾ, 7 6 5 ਲਿਖ ਸਕਦਾ, ਪਰ ਇੱਕ ਪੁਆਇੰਟ ਸਮਝਣਾ ਬੜਾ ਜ਼ਰੂਰੀ ਹੈ। ਮੈਂ ਇਹਦੇ ਲਈ ਸੈਪਰੇਟ ਵੀਡੀਓ ਵੀ ਬਣਾਈ ਸੀਗੀ। ਇਹਦਾ ਗ੍ਰਾਫ, ਇਹਦੇ ਗ੍ਰਾਫ ਦੀ ਸ਼ੇਪ ਬਣਦੀ ਹੈ ਕਨਵੈਕਸ, ਤੇ ਕਨਵੈਕਸ ਜੇ ਤੁਹਾਨੂੰ ਪਤਾ ਹੋਵੇ ਉਹ ਐਵੇਂ ਜਿਹਾ ਹੁੰਦਾ ਹੁੰਦਾ, ਉਹ ਲਾਈਨ ਥੱਲੇ ਆਉਂਦੀ ਆਉਂਦੀ ਉੱਪਰ ਉੱਠ ਜਾਂਦੀ ਹੈ। ਮਤਲਬ ਪਹਿਲਾਂ ਤਾਂ ਬਹੁਤ ਬੁਰੇ ਤੱਕ ਤਰੀਕੇ ਨਾਲ ਗਿਰਦੀ ਹੈ, ਬਾਅਦ 'ਚ ਫਿਰ ਉੱਪਰ ਉੱਠਣ ਲੱਗ ਜਾਂਦੀ ਹੈ। ਇਹਦਾ ਮਤਲਬ ਕੀ ਨਿਕਲਦਾ ਕਿ ਪਹਿਲਾਂ ਪਹਿਲਾਂ ਤਾਂ ਗੈਪ ਬਹੁਤ ਜ਼ਿਆਦਾ, ਬਾਅਦ 'ਚੋਂ ਗੈਪ ਨਾ ਘਟਦਾ ਜਾਣਾ। ਜਿਵੇਂ 10 ਤੋਂ ਮੈਨੇ 7 ਲੈ ਲਿਆ ਗਿਆ, 10 ਤੋਂ ਮੈਨੇ 7 ਨੰਬਰ ਲੈ ਲਿਆ, ਗੈਪ ਸ਼ੋ ਕੀਤਾ 3 ਨੰਬਰ ਦਾ, ਫਿਰ 7 ਤੋਂ ਮਹੀਨੇ ਬਾਅਦ ਮੈਂ 5 ਲੈ ਲਵਾਂ ਕਿਉਂਕਿ ਮੈਂ ਚਾਹੁੰਦਾ ਵੀ ਗੈਪ ਸ਼ੋ ਕਰਾਂ ਸਿਰਫ 2 ਦਾ, 5 ਤੋਂ ਬਾਅਦ ਮੈਂ 4 ਲਊਂਗਾ ਤੇ ਗੈਪ ਸ਼ੋ ਕਰੂੰਗਾ ਸਿਰਫ 1 ਦਾ। ਗੱਲ ਸਮਝ ਆਈ? ਇੱਥੇ ਇੱਕ ਬੜਾ ਇੰਪੋਰਟੈਂਟ ਪੁਆਇੰਟ ਆਪਾਂ ਸ਼ੋ ਕਰਨਾ ਹੈ ਕਿ ਜਿਹੜਾ ਇਹ ਗੈਪ ਹੈ ਘਟਦਾ ਦਿਖਾਉਣਾ ਜੀ, ਤਾਂ ਹੀ ਇਹ ਕਰਵ ਇੱਦਾਂ ਬਣੇਗੀ। ਬਾਕੀ ਇੱਕ ਹੋਰ ਇੰਪੋਰਟੈਂਟ ਗੱਲ, ਇਹ ਗੈਪ ਘੱਟ ਕਿਉਂ ਰਿਹਾ ਉਹਦਾ ਵੀ ਇੱਕ ਰੀਜ਼ਨ ਹੈ। ਜ਼ਰਾ ਇਸ ਨੂੰ ਅਗਰ ਪਿਆਰ ਨਾਲ ਸਮਝ ਲਿਆ ਤਾਂ ਤੁਹਾਨੂੰ ਅੱਗੇ ਸੌਖਾ ਹੋ ਜਾਏਗਾ। ਗੈਪ ਕਿਉਂ ਘੱਟ ਰਿਹਾ ਜੀ, ਧਿਆਨ ਨਾਲ ਸਮਝਿਓ। ਜਦੋਂ ਬੰਦੇ ਨੇ 1 ਸੇਬ ਤੇ 10 ਸੰਤਰੇ ਲਏ, ਬੰਦਾ ਖੁਸ਼, ਫਿਰ ਉਹਨੂੰ ਸੋਚਿਆ ਵੀ ਸੇਬ ਵਧਾ ਲੈਣੇ ਤਾਂ ਸੰਤਰੇ ਘਟਾਉਣੇ ਪੈਣਗੇ ਕਿਉਂਕਿ ਆਪਾਂ ਲੈਵਲ ਸੇਬ ਰੱਖਣਾ ਸੈਟੀਸਫੈਕਸ਼ਨ ਦਾ। ਉਹਨੇ ਸੇਬ ਵਧਾਏ, ਸੰਤਰੇ ਘਟਾ ਲਏ, ਉਹਨੇ ਸੇਬ ਹੋਰ ਵਧਾਏ, ਸੰਤਰੇ ਹੋਰ ਘਟ ਗਏ, ਸੇਬ ਹੋਰ ਵਧੇ। ਪਰ ਪਤਾ ਇੱਥੇ ਕੀ ਹੋ ਰਿਹਾ, ਜਦੋਂ ਪਹਿਲੀ ਵਾਰ ਸੇਬ ਵਧਾਏ ਤੇ ਸੰਤਰੇ ਘਟਾਏ, ਚਲੋ ਕੋਈ ਚੱਕਰ ਨਹੀਂ, 3 ਘਟ ਗਏ। ਜਦੋਂ ਅਗਲੀ ਵਾਰ ਉਹਨੇ ਸੇਬ ਵਧਾਏ, ਸੰਤਰਿਆਂ ਦੀ ਉਹਨੂੰ ਯਾਦ ਆਉਣ ਲੱਗ ਗਈ। ਇੱਥੇ ਇੱਕ ਬੜਾ ਪਿਆਰਾ ਵਰਡ ਆਏਗਾ, ਯਾਦ, ਜਿਹਦੇ ਕਰਕੇ ਆਪਾਂ ਇਕਨੋਮਿਕਸ ਵਰਡ ਯੂਜ਼ ਕਰਦੇ ਹਾਂ, ਇੰਟੈਂਸਿਟੀ ਆਫ ਡਿਜ਼ਾਇਰ। ਉਹਦੇ ਆ ਸੰਤਰੇ ਨੂੰ ਲੈਣ ਦੀ ਇੱਛਾ, ਸੰਤਰੇ ਨੂੰ ਕੰਜ਼ਿਊਮ ਕਰਨ ਦੀ ਇੱਛਾ ਜਿਹੜੀ ਹੈ, ਉਸਦੀ ਇੰਟੈਂਸਿਟੀ ਵੱਧ ਗਈ, ਉਹਦੀ ਤੀਵਰਤਾ ਵੱਧ ਗਈ ਹੈ ਜੀ। ਜਿਵੇਂ ਜਿਵੇਂ ਉਹ ਸੰਤਰੇ ਨੂੰ ਘਟਾਉਂਦਾ ਜਾ ਰਿਹਾ ਹੈ, ਉਹਨੂੰ ਸੰਤਰੇ ਦੀ ਹੋਰ ਯਾਦ ਆਈ ਜਾ ਰਹੀ ਹੈ। ਇੱਦਾਂ ਸਮਝ ਲਓ, ਉਹ ਸੇਬ ਵਧਾ ਰਿਹਾ, ਬਿਲਕੁਲ ਠੀਕ, ਸਮਝ ਗਿਆ ਮੈਂ। ਪਰ ਇਹ ਵੀ ਸਮਝੋ ਕਿ ਸੰਤਰੇ ਜਦੋਂ ਆਪਾਂ ਉਹ ਘਟਾਏਗਾ, ਪਹਿਲਾਂ ਜ਼ਿਆਦਾ ਘਟਾਏਗਾ, ਫਿਰ ਉਹਨੂੰ ਯਾਦ ਆ ਜਾਏਗੀ, ਫਿਰ ਹੋਰ ਘਟਾਏਗਾ, ਘਟਾਏਗਾ ਤਾਂ ਸਹੀ, ਜ਼ਿਆਦਾ ਨਹੀਂ ਘਟਾਏਗਾ, 3 ਤੋਂ ਸਿਰਫ 2 ਦਾ ਗੈਪ ਆਇਆ, ਫਿਰ ਜਦੋਂ ਹੋਰ ਘਟਾਏਗਾ ਸਿਰਫ 1 ਦਾ ਗੈਪ ਆਏਗਾ। ਠੀਕ ਹੈ ਜੀ, ਤਾਂ ਇਹਨੂੰ ਬੋਲਦੇ ਆ ਵੀ ਉਹਦੀ ਇੰਟੈਂਸਿਟੀ ਆਫ ਡਿਜ਼ਾਇਰ। ਜੋ ਦੂਸਰਾ ਪ੍ਰੋਡਕਟ ਉਹ ਛੋੜ ਛੋੜ ਕੇ ਪਹਿਲਾਂ ਵਧਾ ਰਿਹਾ ਨਾ, ਉਹਦੀ ਯਾਦ ਆਉਣ ਲੱਗ ਜਾਏਗੀ ਉਹਨੂੰ, ਉਹਦੇ ਡਿਜ਼ਾਇਰ ਉਹਦੇ ਵਾਸਤੇ ਵੱਧ ਜਾਏਗੀ ਦੂਸਰੇ ਪ੍ਰੋਡਕਟ ਵਾਸਤੇ। ਤਾਂ ਇਸ ਨੰਬਰ ਨੂੰ ਐਵੇਂ ਘੱਟਦੇ 'ਚ ਲਿਖਦੇ ਹਾਂ, ਇਹਨੂੰ ਵੱਧਦੇ 'ਚ ਲਿਖਦੇ ਮੈਂ। ਅੱਗੇ ਸਮਝਣਾ, ਹੁਣ ਇਸੇ ਸੈੱਟ ਨੂੰ, ਮਤਲਬ ਇਸੇ ਟੇਬਲ ਨੂੰ ਜਦੋਂ ਆਪਾਂ ਗ੍ਰਾਫ ਬਣਾਵਾਂਗੇ, ਵੈਸੇ ਮੈਂ ਤਾਂ ਕੱਚਾ ਜਿਹਾ ਬਣਾ ਦਿੱਤਾ ਪਰ ਪ੍ਰੋਪਰ ਤੁਹਾਨੂੰ ਬਣਾ ਕੇ ਦਿਖਾਉਣਾ, ਜਦੋਂ ਗ੍ਰਾਫ ਬਣਾਓਗੇ ਉਹਨੂੰ ਬੋਲਦੇ ਆ ਇਨਡਿਫਰੈਂਸ ਕਰਵ। ਇਟ ਇਜ਼ ਸਿੰਪਲੀ ਕਾਲਡ ਡਾਇਗ੍ਰਾਮੈਟਿਕ ਪ੍ਰੈਜੈਂਟੇਸ਼ਨ ਆਫ ਇਨਡਿਫਰੈਂਸ ਸੈੱਟ ਆਫ ਕੰਜ਼ਿਊਮਰ। ਜਿਹੜਾ ਆਪਾਂ ਪਿੱਛੇ ਟੇਬਲ ਦੀ ਗੱਲ ਕੀਤੀ ਹੈ, ਉਸੇ ਦਾ ਹੀ ਗ੍ਰਾਫ ਬਣਾਉਣ ਨੂੰ ਇਨਡਿਫਰੈਂਸ ਕਰਵ ਬੋਲ ਦਿੰਦੇ ਹਾਂ। ਅੱਗੇ ਦੀ ਗੱਲ ਹੈ
ਉਸ 'ਚ ਹੁੰਦਾ ਕੀ ਹੈ, ਉਸ ਹੁੰਦਾ ਇਹ ਹੈ ਡਿਫਰੈਂਟ ਕੰਬੀਨੇਸ਼ਨਸ ਹੁੰਦੀਆਂ ਨੇ, ਜਿਵੇਂ ਏ ਬੀ ਸੀ ਡੀ ਦਿਖਾਇਆ, ਟੂ ਕਮੋਡਿਟੀਜ਼ ਦੀਆਂ ਜਿਹੜੀਆਂ ਕਿ ਸੇਮ ਲੈਵਲ ਆਫ ਸੈਟੀਸਫੈਕਸ਼ਨ ਦੇ ਰਹੀਆਂ ਨੇ ਕੰਜ਼ਿਊਮਰ ਨੂੰ। ਠੀਕ, ਦੇਖਿਓ ਫਿਗਰ ਡਾਇਗਰਾਮ, ਟੇਬਲ ਤੋਂ ਡਾਇਗਰਾਮ ਕਿਵੇਂ ਬਣਾਉਣਾ, ਇਹ ਹੈਗਾ ਆਈਸੀ ਸੈੱਟ। ਠੀਕ, ਇੱਥੇ ਬਣ ਗਈ ਆਈਸੀ ਇੰਡੀਫਰੈਂਸ ਕਰਵ ਕਹਿ ਲਓ। ਠੀਕ, ਤਾਂ ਇੱਕ ਪਾਸੇ ਮੈਂ ਰੱਖ ਲਏ ਨੰਬਰ ਆਫ ਐਪਲਸ, ਦੂਸਰੇ ਤਰਫ ਮੈਂ ਰੱਖ ਲਏ ਨੰਬਰ ਆਫ ਔਰੇਂਜਸ। ਠੀਕ, ਅਤੇ ਐਪਲ ਕਹਿੰਦੀ ਆਪਾਂ ਨੂੰ ਚਾਹੀਦਾ ਨਾ 1 2 3 4, 1 2 3 4, ਅਤੇ ਔਰੇਂਜਸ ਦੇ ਲਈ ਆਪਾਂ ਨੂੰ ਚਾਹੀਦੇ ਨੇ 10 ਤੋਂ 4 ਦੇ ਵਿੱਚ ਨੰਬਰ ਚਾਹੀਦਾ, ਤਾਂ 2 2 ਦਾ ਗੈਪ ਆਈ ਥਿੰਕ ਠੀਕ ਰਹੇਗਾ। ਠੀਕ, ਤਾਂ 1 ਐਪਲ 10 ਔਰੇਂਜਸ, 1 ਐਪਲ 10 ਔਰੇਂਜਸ, ਇੱਥੇ ਬਿੰਦੀ ਲੱਗੀ। ਠੀਕ, ਆਹ ਹੈ ਪੁਆਇੰਟ ਏ, ਕੰਬੀਨੇਸ਼ਨ ਹੈ। ਫਿਰ 2 ਐਪਲ 7 ਔਰੇਂਜਸ, ਠੀਕ ਹੈ ਜੀ, ਇਹ ਬੀ ਹੋ ਗਿਆ। ਫਿਰ 3 ਐਪਲ 5 ਔਰੇਂਜਸ, ਪੰਜ ਔਰੇਂਜਸ ਦੇ ਵਿੱਚ ਜਾਣਗੇ। ਇਹ ਲਾਈਨਸ ਲਗਾਉਣੀਆਂ ਲਗਾਉਣ ਦਾ ਵੈਸੇ ਕੋਈ ਚੱਕਰ ਨਹੀਂ, ਜਸਟ ਪੁਆਇੰਟਸ ਚਾਹੀਦੇ ਨੇ। ਦੈਨ ਲਾਸਟ 4 4, ਠੀਕ, ਜਦੋਂ ਗ੍ਰਾਫ ਬਣਾਓਗੇ ਇਹਦਾ ਕੁਛ ਇੱਦਾਂ ਦਾ ਬਣੇਗਾ, ਸਕੇਲ ਨਾਲ ਪ੍ਰੋਪਰਲੀ ਮੈਜ਼ਰ ਕਰੋਗੇ ਤਾਂ ਉਸ ਹਿਸਾਬ ਨਾਲ, ਸਕੇਲ ਨਾਲ ਬਣਾਓਗੇ ਤਾਂ ਹੋਰ ਵੀ ਵਧੀਆ ਬਣੇਗਾ। ਮੇਨ ਨਹੀਂ, ਮੈਂ ਤੁਹਾਨੂੰ ਦਿਖਾਉਣਾ ਸੀ ਵੀ ਇਹਦੀ ਸ਼ੇਪ ਬਣੇਗੀ ਕਨਵੈਕਸ ਹੋਰੀਜ਼ਨ। ਠੀਕ, ਕਨਵੈਕਸ ਦਾ ਕਿਆ ਹਿਸਾਬ ਹੁੰਦਾ, ਇਹ ਇੱਧਰੋਂ ਕਰ ਐਵੇਂ ਉੱਠੇਗੀ ਕੋਲੀ ਟਾਈਪ। ਠੀਕ, ਅਤੇ ਇੱਕ ਇੱਕ ਪੁਆਇੰਟ ਆਪਣਾ ਕੋਂਬੀਨੇਸ਼ਨਸ ਨੂੰ ਸ਼ੋਅ ਕਰ ਰਿਹਾ, ਬਟ ਇੱਕ ਮੇਨ ਗੱਲ ਦੱਸਦਾ, ਹਰ ਪੁਆਇੰਟ ਦੇ ਉੱਤੇ ਸੈਟਿਸਫੈਕਸ਼ਨ ਲੈਵਲ ਸੇਮ ਹੈ, ਇਹ ਯਾਦ ਰੱਖਿਓ। ਮੇਰੇ ਕਹਿਣ ਦਾ ਮਤਲਬ ਕੋਂਬੀਨੇਸ਼ਨ ਏ ਬੀ ਸੀ ਡੀ ਚਾਰੋਂ ਸੇਮ ਨੇ ਆਪਣੇ ਵਾਸਤੇ। ਠੀਕ, ਇਹ ਸਮਝ ਆ ਗਿਆ। ਇਸ ਤੋਂ ਬਾਅਦ ਇੱਕ ਬਹੁਤ 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 ਇੰਪੋਰਟੈਂਟ ਟੋਪਿਕ ਹੈ, ਅਤੇ ਸੀਰੀਅਸਲੀ ਕਹਾਂ ਪੇਪਰ 'ਚ ਉਹੀ ਆਏਗਾ ਪੱਕਾ, ਮਤਲਬ ਮੇਰੇ ਵੱਲੋਂ ਤਾਂ ਪੱਕਾ ਹੀ। ਠੀਕ, ਅਤੇ ਉਹ ਟੋਪਿਕ ਦਾ ਨਾਮ ਹੈਗਾ ਜੀ ਫੀਚਰਸ, ਜਾਂ ਆਪਾਂ ਕਹਿ ਲਓ ਪ੍ਰੋਪਰਟੀਜ਼ ਆਫ ਇਨਡਿਫਰੈਂਸ ਕਰਵ। ਵੀ ਇਨਡਿਫਰੈਂਸ ਕਰਵ ਦੀਆਂ ਪ੍ਰੋਪਰਟੀਜ਼ ਕਿਆ ਨੇ, ਫੀਚਰਸ ਕਿਆ ਨੇ, ਕੀ ਖਾਸੀਅਤ ਹੈ, ਕੁੱਲ ਮਿਲਾ ਕੇ 5 ਖਾਸੀਅਤਾਂ ਨੇ ਇਨਡਿਫਰੈਂਸ ਕਰਵ 'ਚ, ਬਸ ਉਹ ਸਮਝਣੀ ਆਪਾਂ ਨੇ। ਅਤੇ ਸੱਚੀ ਦੱਸਾਂ ਬੜੀਆਂ ਸਿੰਪਲ ਨੇ, ਬਹੁਤ ਪਿਆਰੀਆਂ ਨੇ, ਪਰ ਨਾਲੇ ਦੱਸਾਂ ਗੱਲ ਬਹੁਤ ਇੰਪੋਰਟੈਂਟ ਹੈ। ਪਹਿਲੀ ਕਿਆ ਹੈ, ਡਾਊਨਵਰਡ ਸਲੋਪ ਹੁੰਦੀ ਹੈ, ਆਈਸੀ ਥੱਲੇ ਨੂੰ ਗਿਰਦੀ ਹੈ, ਬਣਾਈ ਸੀ ਨਾ ਤੂੰ ਬੂਮ ਇੱਦਾਂ। ਡਾਊਨਵਰਡ ਕਿਉਂ ਹੁੰਦੀ ਹੈ, ਕਿਉਂਕਿ ਇੱਕ ਪ੍ਰੋਡਕਟ ਦਾ ਦੂਸਰੇ ਨਾਲ ਨੈਗੇਟਿਵ ਰਿਲੇਸ਼ਨ ਆਪਾਂ ਦਿਖਾ ਰਹੇ ਹਾਂ, ਹਰ ਕੰਬੀਨੇਸ਼ਨ 'ਚ ਇੱਦਾਂ ਹੀ ਹੈ, ਅਗਰ ਇੱਕ ਚੀਜ਼ ਵਧੀ ਹੈ ਤਾਂ ਦੂਜੀ ਘਟੀ ਹੈ, ਇੱਕ ਵਧੀ ਹੈ ਤਾਂ ਦੂਜੀ ਘਟੀ ਹੈ। ਠੀਕ, ਹਾਂ ਇੱਕ ਚੀਜ਼ ਹੋਰ ਦੱਸਦਾ, ਇੱਕ ਦਾ ਵਧਣਾ ਦੂਏ ਦਾ ਘਟਣਾ ਕੀ ਰੀਜ਼ਨ ਹੈ, ਇਹਦਾ ਰੀਜ਼ਨ ਇਹੀ ਹੈ ਕਿ ਆਪਾਂ ਇੱਥੇ ਕੰਬੀਨੇਸ਼ਨ
ਹਰ ਕੰਬੀਨੇਸ਼ਨ ਦੇ ਵਿੱਚ ਸੈਟੀਸਫੈਕਸ਼ਨ ਲੈਵਲ ਸੇਮ ਰੱਖਦੇ ਆ, ਇੱਕ ਦਾ ਵਧਾ ਰਹੇ ਹਾਂ ਦੂਜਾ ਘਟਾ ਰਹੇ ਹਾਂ। ਇਸ ਚੀਜ਼ ਨੂੰ ਆਪਾਂ, ਇੱਕ ਬੜਾ ਇੰਪੋਰਟੈਂਟ ਕੁਐਸਚਨ ਆਉਂਦਾ ਹੈ 1 ਮਾਰਕਸ ਦੇ ਵਿੱਚ, ਮੋਨੋਟੋਨਿਕ ਪ੍ਰੈਫਰੈਂਸ, ਇਸੇ ਨੂੰ ਹੀ ਬੋਲਦੇ ਹਾਂ ਕਿ ਜਦੋਂ ਕੰਬੀਨੇਸ਼ਨ ਲੈਵਲ ਸੇਮ ਰੱਖਣ ਦੀ ਮਜਬੂਰੀ ਪੈਦਾ ਹੋਈ ਨਾ, ਆਪਾਂ ਚਾਹੁੰਦੇ ਹਾਂ ਵੀ ਏ ਬੀ ਸੀ ਡੀ ਚਾਰੋਂ ਲੈਵਲ 'ਚ ਕੰਬੀਨੇਸ਼ਨ 'ਚ ਸੈਟਿਸਫੈਕਸ਼ਨ ਸੇਮ ਰਹੇ, ਤਾਂ ਉਸ ਟਾਈਮ 'ਤੇ ਆਪਾਂ ਨੂੰ ਮਜਬੂਰੀ ਇਹ ਪਈ ਵੀ ਅਗਰ ਇੱਕ ਵਧਾਉਣਾ ਤਾਂ ਦੂਜਾ ਘਟਾਉਣਾ ਪਏਗਾ। ਇਸ ਨੂੰ ਬੋਲਦੇ ਹੋ ਮੋਨੋਟੋਨਿਕ ਪ੍ਰੈਫਰੈਂਸ। ਬਹੁਤ ਬਹੁਤ ਇੰਪੋਰਟੈਂਟ ਪੁਆਇੰਟ ਸੀਗਾ, ਯਾਦ ਰੱਖਿਓ। ਚਲੋ ਡਾਊਨਵਰਡ ਹੈ ਕਿਉਂਕਿ ਇੱਕ ਦੇ ਵਧਣਾ ਦੂਜਾ ਘਟ ਰਿਹਾ, ਸਿੱਧਾ ਸਿੱਧਾ ਹਿਸਾਬ ਹੈ, ਇਨਵਰਸ ਰਿਲੇਸ਼ਨਸ਼ਿਪ। ਠੀਕ, ਦੂਜਾ ਆਈਸੀ ਕਨਵੈਕਸ ਹੁੰਦੀ ਹੈ ਓਰੀਜਨ ਤੋਂ, ਕਨਵੈਕਸ ਹੋਣ ਦਾ ਓਰੀਜਨ ਦਾ ਮਤਲਬ ਕੀ ਨਿਕਲਦਾ? ਦੇਖੋ ਜੀ, ਜਦੋਂ ਇੱਕ ਚੀਜ਼ ਵੱਧ ਰਹੀ ਹੈ ਤਾਂ ਦੂਜੀ ਘਟ ਰਹੀ ਹੈ, ਠੀਕ ਹੈ ਗੱਲ, ਪਰ ਆ ਜਿਹੜੇ ਨੰਬਰ ਗੈਪ ਹੈ ਨਾ, ਗੈਪ ਗੈਪ, ਇਹ ਗੈਪ ਘਟਦਾ ਜਾ ਰਿਹਾ। ਅਗਰ ਇਹ ਗੈਪ ਬਿਲਕੁਲ ਸੇਮ ਰੱਖ ਦਈਏ ਤਾਂ ਕਰਵ ਪਤਾ ਕਿੱਦਾਂ ਬਣੂਗਾ? ਬਿਲਕੁਲ ਸਿੱਧਾ ਜਾਏਗਾ, ਸਟ੍ਰੇਟ ਲਾਈਨ। ਪਰ ਜੇ ਗੈਪ ਆਪਾਂ ਛੋਟਾ ਵੱਡਾ ਰੱਖੀਏ, ਪਹਿਲਾਂ ਜ਼ਿਆਦਾ, ਫਿਰ ਉਸ ਤੋਂ ਘੱਟ, ਫਿਰ ਉਸ ਤੋਂ ਘੱਟ, ਫਿਰ ਇਹ ਜਿਹੜਾ ਕਰਵ ਹੈ ਨਾ, ਇਹ ਨੀਚੇ ਜਾਂਦਾ ਜਾਂਦਾ ਉੱਪਰ ਨੂੰ ਉੱਠ ਜਾਏਗਾ। ਠੀਕ, ਇਹਦੇ ਗੈਪ ਵਧਣ, ਗੈਪ ਦੇ ਘਟਣ ਕਰਕੇ ਹੀ ਕਰਵ ਉੱਪਰ ਉੱਠਦਾ, ਜਿਹਦੇ ਕਰਕੇ ਆਪਾਂ ਕਹਿੰਦੇ ਵੀ ਆਈਸੀ ਜਿਹੜੀ ਹੈ ਕਨਵੈਕਸ ਹੈ ਓਰੀਜਨ ਤੋਂ। ਇਹਦੇ ਕਨਵੈਕਸ ਹੋਣ ਦਾ ਜਿਹੜਾ ਕਾਰਨ ਹੈ ਕਿ ਆਪਾਂ ਗੈਪ ਘਟਦਾ ਰੱਖਿਆ ਪਿਆ, ਇਹਦੇ ਵਾਸਤੇ ਇੱਕ ਬੜਾ ਪਿਆਰਾ ਨਾਮ ਹੈ ਇਕਨੋਮਿਕਸ ਦੇ ਵਿੱਚ, ਜ਼ਰਾ ਦੇਖਣਾ, ਉਹਨੂੰ ਬੋਲਦੇ ਹਾਂ ਮਾਰਜਨਲ ਰੇਟ ਆਫ ਸਬਸਟੀਟਿਊਸ਼ਨ। ਬੇਸਿਕਲੀ ਇਹਦਾ ਮਤਲਬ ਕਿਆ ਹੈ ਕਿ ਆਪਾਂ ਇੱਕ ਪ੍ਰੋਡਕਟ ਦੇ ਬਦਲੇ ਦੂਸਰੇ ਨੂੰ ਸਬਸਟੀਟਿਊਟ ਕਰ ਰਹੇ ਹਾਂ, ਇੱਕ ਪ੍ਰੋਡਕਟ ਨੂੰ ਖਰੀਦਣ ਕਰਕੇ, ਇੱਕ ਪ੍ਰੋਡਕਟ ਨੂੰ ਕੰਜ਼ਿਊਮ ਕਰਕੇ ਦੂਸਰੇ ਨੂੰ ਸਬਸਟੀਟਿਊਟ ਕਰਦੇ ਜਾ ਰਹੇ ਹਾਂ, ਉਹਦਾ ਬਦਲ ਕਰਦੇ ਜਾ ਰਹੇ ਹਾਂ, ਉਹਨੂੰ ਰਿਪਲੇਸ ਕਰਦੇ ਜਾ ਰਹੇ ਹਾਂ। ਠੀਕ, ਅੱਗੇ ਦੇਖਣਾ, ਜਿਹੜਾ ਹੁਣ ਮਾਰਜਨ ਰੇਟ ਆਫ ਸਬਸਟੀਟਿਊਸ਼ਨ ਹੈ, ਇਹਦਾ ਇੱਕ ਫਾਰਮੂਲਾ ਹੈ ਜੀ, ਫਾਰਮੂਲਾ ਹੁੰਦਾ ਡੈਲਟਾ, ਐਵੇਂ ਲਿਖਾਨੇ, ਸੈਕਰੀਫਾਈਸ ਇਨ ਵਨ ਪ੍ਰੋਡਕਟ ਡਿਵਾਈਡ ਬਾਏ ਗੇਨ ਇਨ ਅਦਰ ਪ੍ਰੋਡਕਟ। ਇੱਕ ਪ੍ਰੋਡਕਟ ਨੂੰ ਕਿੰਨਾ ਕੁ ਆਪਾਂ ਛੱਡਿਆ ਡਿਵਾਈਡ ਬਾਏ ਕਿੰਨਾ ਆਪਾਂ ਦੂਜਾ ਪ੍ਰੋਡਕਟ ਗੇਨ ਕਰ ਲਿਆ, ਹੋਰ ਲੈ ਲਿਆ, ਇਹ ਦੋਵਾਂ ਦੀ ਰੇਸ਼ੋ ਨੂੰ ਆਪਾਂ ਐਮ ਆਰ ਐਸ ਬੋਲਦੇ ਹਾਂ। ਹੁਣ ਮੇਨ ਪੁਆਇੰਟ ਦੇਖੋ ਕਿਆ ਹੈ, ਅਗਰ ਤੁਸੀਂ ਇੱਥੇ ਐਮ ਆਰ ਐਸ ਨਿਕਾਲਦੇ ਹੋ, ਐਮ ਆਰ ਐਸ ਕੱਢ ਕੇ ਦੇਖਿਓ, ਬੜੀ ਇੱਕ ਇੰਪੋਰਟੈਂਟ ਪੁਆਇੰਟ ਨਿਕਲੇਗਾ ਇੱਥੇ ਤੁਹਾਨੂੰ। ਦੇਖੋ ਜ਼ਰਾ, ਇੱਥੇ ਐਮ ਆਰ ਐਸ ਅਗਰ ਨਿਕਾਲੀਏ ਆਪਾਂ, ਇੱਥੇ ਐਮ ਆਰ ਐਸ ਕਿਵੇਂ ਨਿਕਲੇਗਾ? ਗੈਪ ਕਿੰਨਾ ਪੈ ਗਿਆ? ਇਹ ਤਾਂ ਕੁਛ ਨਹੀਂ ਹੈਗਾ, 10 ਤੋਂ 7 ਦਾ ਗੈਪ ਪੈ ਗਿਆ। ਇੱਥੇ ਕਿੰਨਾ ਗੈਪ ਪਿਆ? 1 ਦਾ ਗੈਪ ਪਿਆ, 3 ÷1 = 3 ਆ ਗਿਆ। ਇਸ ਤੋਂ ਬਾਅਦ ਦੇਖਿਓ 2 ਦਾ ਗੈਪ ਪਿਆ, ਉੱਧਰ ਗੈਪ ਕਿੰਨੇ ਦਾ ਹੈ? 1 ਦਾ, 2 ਆ ਗਿਆ। ਇੱਥੇ 1 ਦਾ ਗੈਪ ਪਿਆ, ਉੱਧਰ 1 ਦਾ ਗੈਪ ਪਿਆ, 1 ਆ ਗਿਆ। ਐਮ ਆਰ ਐਸ ਦੇ ਘਟਣ ਕਰਕੇ ਮੇਨ ਇੱਥੇ ਰੀਜ਼ਨ ਇਹ ਬੋਲਿਆ ਜਾਂਦਾ, ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦੇ ਘਟਣ ਕਰਕੇ ਇਹ ਜਿਹੜੀ ਕਰਵ ਹੈ ਇਹ ਕਨਵੈਕਸ ਸ਼ੇਪ ਲੈ ਲੈਂਦੀ ਹੈ, ਉੱਪਰ ਉੱਠਣ ਲੱਗ ਜਾਂਦੀ ਹੈ। ਇਸ ਨੂੰ ਆਪਾਂ ਇੱਕ ਹੋਰ ਵੀ ਤਰੀਕੇ ਨਾਲ ਲਿਖ ਸਕਦੇ ਹੁੰਦੇ ਹਾਂ, ਉਹ ਹੁੰਦਾ ਜੀ ਡੈਲਟਾ ਵਾਈ ਅਪੋਨ ਡੈਲਟਾ ਐਕਸ। ਜਿਵੇਂ ਲਾ ਲਓ ਆਹ ਵਾਈ ਹੈ ਅਤੇ ਆਹ ਆਪਣਾ ਐਕਸ ਹੈ, ਇਹਦੇ ਵਿੱਚ ਕਿੰਨਾ ਚੇਂਜ ਆਇਆ ਡਿਵਾਈਡ ਬਾਏ ਇਹਦੇ ਵਿੱਚ ਕਿੰਨਾ ਚੇਂਜ ਆਇਆ, ਇੱਦਾਂ ਵੀ ਲਿਖ ਦਿੰਦੇ ਕਈ ਵਾਰ ਇਸ ਫਾਰਮੂਲੇ। ਤੀਸਰਾ ਪੁਆਇੰਟ ਦੇਖਿਓ, ਹਾਇਰ ਆਈ ਸੀ ਸ਼ੋਜ਼ ਹਾਇਰ ਲੈਵਲ ਆਫ ਸੈਟਿਸਫੈਕਸ਼ਨ। ਜਿੰਨੀ ਜ਼ਿਆਦਾ ਆਈ ਸੀ ਉੱਚੀ ਹੋਊਗੀ ਉਨੀ ਵੱਧ ਸੈਟਿਸਫੈਕਸ਼ਨ, ਮਤਲਬ ਦੇਖਣਾ ਜ਼ਰਾ। ਹੁਣ ਇੱਕ ਆਈ ਸੀ ਆਹ ਹੈ,
ਇੱਕ ਆਹ ਇੱਕ ਆਹ ਇੱਕ ਆਹ ਬਹੁਤ ਸਾਰੇ ਏਸੀਜ਼ ਹੋ ਗਈਆਂ ਹਾਂ 1 2 3 4 ਓਬਵੀਅਸਲੀ ਜਿਹੜੀ ਚੌਥੇ ਨੰਬਰ ਵਾਲੀ ਆਈ ਸੀ ਹੈ ਬੈਸਟ ਸੈਟਿਸਫੈਕਸ਼ਨ ਦੇ ਰਹੀ ਹੈ ਮੈਕਸਿਮਮ ਸੈਟਿਸਫੈਕਸ਼ਨ ਦੇ ਰਹੀ ਹੈ ਇਹਨਾਂ ਚਾਰਾਂ ਚੋਂ ਸਭ ਤੋਂ ਜ਼ਿਆਦਾ ਸੈਟਿਸਫੈਕਸ਼ਨ ਚੌਥੇ ਨੰਬਰ ਵਾਲੀ ਦੇ ਰਹੀ ਹੈ ਜਿੰਨੀ ਆਈ ਸੀ ਉੱਪਰ ਹੋਏਗੀ ਉਨੀ ਜ਼ਿਆਦਾ ਸੈਟਿਸਫੈਕਸ਼ਨ ਹੋਏਗੀ ਸਿੰਪਲ ਚੌਥਾ ਪੁਆਇੰਟ ਬੜਾ ਇੰਪੋਰਟੈਂਟ ਹੈ ਆਈਸੀਜ਼ ਡੂ ਨੋਟ ਕ੍ਰੋਸ ਔਰ ਇੰਟਰਸੈਕਟ ਈਚ ਅਦਰ ਕਦੇ ਵੀ ਦੋ ਆਈਸੀਜ਼ ਆਪਸ ਕੱਟਦੀਆਂ ਨਹੀਂ ਹੈਗੀਆਂ ਉਹਦਾ ਮੈਂ ਕਾਰਨ ਤੁਹਾਨੂੰ ਇੱਥੇ ਦਿਖਾਉਣਾ ਬੜਾ ਹੀ ਅਜੀਬ ਹੈ ਅਤੇ ਬੜਾ ਇੰਪੋਰਟੈਂਟ ਹੈ ਮੰਨ ਕੇ ਚੱਲੋ ਇੱਕ ਆਈਸੀ ਮੈਂ ਦਬਣਾ ਲਈ ਠੀਕ ਅਤੇ ਆਪਾਂ ਸਪੋਜ਼ ਕਰੋ ਧੱਕੇ ਨਾਲ ਕਟਾ ਤੀ ਮੈਂ ਇੱਕ ਆਈਸੀ ਇੱਦਾਂ ਬਣਾ ਲਿਆ ਠੀਕ ਹੈ ਜੀ ਅਤੇ ਮੈਂ ਜਾਣ ਬੁੱਝ ਕੇ ਕਟਿੰਗ ਦਿਖਾ ਦੀ ਹੁਣ ਇਹ ਕਟਿੰਗ ਦਿਖਾਉਣਾ ਵੀ ਗਲਤ ਹੈ ਕਿਵੇਂ ਆਪਾਂ ਇਹ ਪ੍ਰੂਵ ਕਰਕੇ ਦਿਖਾਉਂਦੇ ਹਾਂ ਮੰਨ ਕੇ ਚਲੋ ਇੱਕ ਏ ਪੁਆਇੰਟ ਇੱਥੇ ਹੈ ਬੀ ਪੁਆਇੰਟ ਇੱਥੇ ਹੈ ਅੱਜ ਤੱਕ ਇਕੱਠ ਹੋ ਰਿਹਾ ਇੱਥੇ ਸੀ ਪੁਆਇੰਟ ਹੈ ਆਹ ਆਈ ਸੀ 1 ਆ ਆਈ ਸੀ 2 ਹੈ ਠੀਕ ਆਈ ਸੀ 1 ਦੇ ਵਿੱਚ ਪੁਆਇੰਟ ਏ ਹੈ ਪੁਆਇੰਟ ਬੀ ਇਹ ਦੋਨੋਂ ਪੁਆਇੰਟ ਬੇਸਿਕਲੀ ਕਿਆ ਨੇ ਕੰਬੀਨੇਸ਼ਨਸ ਨੇ ਜੀ ਅਤੇ ਆਪਾਂ ਮੰਨ ਕੇ ਚੱਲਦੇ ਹੁੰਦੇ ਹਾਂ ਕਿ ਹਰ ਆਈ ਸੀ ਦੇ ਉੱਤੇ ਜਿੰਨੇ ਵੀ ਪੁਆਇੰਟ ਨੇ ਪੁਆਇੰਟ ਏ ਪੁਆਇੰਟ ਬੀ ਇਸ ਸਭ ਦੇ ਵਿੱਚ ਸੈਟਿਸਫੈਕਸ਼ਨ ਲੈਵਲ ਸੇਮ ਹੋਏਗਾ ਇਹੀ ਮੰਨ ਕੇ ਚੱਲਦੇ ਹੁੰਦੇ ਹਾਂ ਆਈ ਸੀ 1 ਦੇ ਵਿੱਚ ਦੇਖੋ ਏ ਅਤੇ ਬੀ ਇਕੁਅਲ ਨੇ ਆਪਾਂ ਇਹ ਮੰਨ ਕੇ ਚੱਲ ਰਹੇ ਹਾਂ ਅਤੇ ਆਈ ਸੀ 2 ਦੇ ਵਿੱਚ ਦੇਖੋ ਸੀ ਅਤੇ ਬੀ ਵੀ ਇਕੁਅਲ ਨੇ ਕੰਬੀਨੇਸ਼ਨ ਸੀ ਅਤੇ ਕੰਬੀਨੇਸ਼ਨ ਬੀ ਕਿਉਂਕਿ ਉਹ ਵੀ ਦੋਨੋਂ ਇੱਕੋ ਆਈ ਸੀ ਦੇ ਉੱਤੇ ਨੇ ਹੁਣ ਜੇ ਤੁਸੀਂ ਉਹ ਦਸਵੀਂ ਵਾਲਾ ਉਹ ਕਰੋਗੇ ਜੇ ਫਰੋਮ 1 ਐਂਡ 2 ਇੱਕ ਅਤੇ 2 ਤੋਂ ਆਹ ਫਸਟ ਪੁਆਇੰਟ ਆ ਸੈਕਿੰਡ ਪੁਆਇੰਟ ਅਗਰ ਇਹ ਦੋਵਾਂ ਨੂੰ ਇਕੱਠਿਆਂ ਨੂੰ ਦੇਖੋਗੇ ਤਾਂ ਤੁਸੀਂ ਦੇਖੋਗੇ ਕੁਛ ਕਾਮਨ ਨਜ਼ਰ ਆ ਰਿਹਾ ਹਾਂ ਕਾਮਨ ਹੈਗਾ ਇਹ ਦੋਵਾਂ 'ਚ ਬੀ ਕਾਮਨ ਹੈ ਅਗਰ ਇਹ ਦੋਨੋਂ ਇਕੁਅਲ ਨੇ ਤਾਂ ਇਹ ਵੀ ਦੋਨੋਂ ਇਕੁਅਲ ਹੋਣਗੇ ਹੇਅਰ ਫਰੋਮ 1 ਐਂਡ 2 ਅਗਰ ਆਪਾਂ ਇਸ ਕੰਸੈਪਟ ਮੈਥਮੈਟੀਕਲ ਤਰੀਕੇ ਨਾਲ ਦੇਖੀਏ ਤਾਂ ਜਿਹੜਾ ਏ ਹੈ ਅਤੇ ਸੀ ਹੈ ਵੀ ਬਰਾਬਰ ਹੋਣਗੇ ਪਰ ਅਸਲ ਦੇ ਵਿੱਚ ਏ ਅਤੇ ਸੀ ਬਿਲਕੁਲ ਵੀ ਬਰਾਬਰ ਨਹੀਂ ਹੈਗੇ ਜੇ ਤੁਸੀਂ ਦੇਖੋ ਮਾੜਾ ਜਿਹਾ ਧਿਆਨ ਨਾਲ ਕਿਉਂ ਏ ਦੇ ਵਿੱਚ ਆਹ ਸੀਨ ਹੈ ਜੀ ਸੀ ਦੇ ਵਿੱਚ ਆਹ ਸੀਨ ਹੈ ਹੁਣ ਏ ਸੀ ਇੱਥੇ ਹੈ ਇਹ ਇੱਥੇ ਹੈ ਤੁਹਾਨੂੰ ਕੀ ਲੱਗ ਰਿਹਾ ਦੇਖ ਕੇ ਏ 'ਚ ਸੈਟਿਸਫੈਕਸ਼ਨ ਜ਼ਿਆਦਾ ਹੈ ਕਿ ਸੀ 'ਚ ਜ਼ਿਆਦਾ ਹੈ ਓਬਵੀਅਸਲੀ ਸਾਫ਼ ਨਜ਼ਰ ਆ ਰਿਹਾ ਏ ਉੱਪਰ ਹੈ ਸੀ ਉਸੇ ਸੀ 'ਚ ਨੀਚੇ ਹੈ ਏ ਦੇ ਵਿੱਚ ਆਹ ਵਾਲਾ ਜਿਹੜਾ ਨੀਚੇ ਵਾਲਾ ਪ੍ਰੋਡਕਟ ਹੈ ਸਪੋਜ਼ ਕਰੋ ਇੱਥੇ ਇੱਥੇ ਆਪਾਂ ਜਿਵੇਂ ਐਪਲ ਲਏ ਸੀਗੇ ਐਪਲ ਇੱਥੇ ਹੈ ਔਰੇਂਜ ਇੱਥੇ ਹੈ ਐਪਲ ਦੋਹਾਂ ਦੇ ਵਿੱਚ ਸੇਮ ਮਿਲ ਰਹੇ ਨੇ ਬਟ ਔਰੇਂਜ ਏ ਕੇਸ 'ਚ ਜ਼ਿਆਦਾ ਮਿਲ ਰਿਹਾ ਤਾਂ ਆਪਾਂ ਨੂੰ ਸਾਫ਼ ਦਿਖਦਾ ਵੀ ਏ ਦੀ ਸੈਟਿਸਫੈਕਸ਼ਨ ਜ਼ਿਆਦਾ ਹੈ ਸੀ ਦੀ ਘੱਟ ਹੈ ਠੀਕ ਤਾਂ ਇਸ ਕਰਕੇ ਕਹਿੰਦੇ ਤਾਂ ਗਲਤ ਗੱਲ ਹੋ ਗਈ ਆਪਾਂ ਇੱਥੇ ਦਿਖਾ ਰਹੇ ਇਕੁਅਲ ਹੈ ਪਰ ਅਸਲ 'ਚ ਉਹ ਹੈ ਨਹੀਂ ਇਕੁਅਲ ਤਾਂ ਇਹਦਾ ਮਤਲਬ ਆਪਾਂ ਅਸੰਪਸ਼ਨ ਹੀ ਗਲਤ ਲਈ ਸੀਗੀ ਅਸੰਪਸ਼ਨ ਕੀ ਸੀਗੀ ਕਿ ਦੋਨੋਂ ਆਪਾਂ ਇੱਕ ਦੂਜੇ ਨੂੰ ਕਟਾ ਕੇ ਦਿਖਾ ਦਈਆਂ ਦੋ ਆਈਸੀਜ਼ ਕਦੇ ਵੀ ਆਪਸ ਕੱਟਦੀਆਂ ਨਹੀਂ ਹੈਗੀਆਂ ਯਾਦ ਰੱਖਿਓ ਅਗਲਾ ਪੁਆਇੰਟ ਫਿਫਥ ਅਤੇ ਲਾਸਟ ਵਾਲਾ ਆਈ ਸੀ ਕਦੇ ਵੀ ਟੱਚ ਨਹੀਂ ਕਰਦੀ ਐਕਸ ਐਕਸਿਸ ਨੂੰ ਵਾਈ ਐਕਸਿਸ ਨੂੰ ਦੇਖੋ ਗੱਲ ਧਿਆਨ ਨਾਲ ਸਮਝੋ ਟੱਚ ਕਰਨਾ ਮਤਲਬ ਕੀ ਨਿਕਲਦਾ ਮੰਨ ਕੇ ਚਲੋ ਮੈਂ ਇੱਥੇ ਆਈ ਸੀ ਬਣਾ ਰਿਹਾ ਠੀਕ ਹੈ ਅਗਰ ਮੈਂ ਟੱਚ ਕਰਵਾ ਦੇਵਾਂ ਕੋਈ ਆਈ ਸੀ ਮੈਂ ਇੱਥੇ ਬਣਾਈ ਇਹ ਮੈਂ ਇੱਦਾਂ ਟੱਚ ਕਰਾ ਦਵਾਂ ਜਾਂ ਉੱਧਰ ਕੋਈ ਆਈ ਸੀ ਬਣਾਈ ਮੈਂ ਇਹ ਇੱਦਾਂ ਟੱਚ ਕਰਵਾ ਦਵਾਂ ਟੱਚ ਕਰਵਾਉਣ ਦਾ ਮਤਲਬ ਪਤਾ ਕੀ ਨਿਕਲਦਾ ਜਦੋਂ ਮੈਂ ਇੱਥੇ ਐਕਸ ਐਕਸਿਸ ਨੂੰ ਟੱਚ ਕੀਤਾ ਇੱਥੇ ਐਕਸ ਹੈ ਇੱਥੇ ਵਾਈ ਹੈ ਜਦੋਂ ਮੈਂ ਇੱਥੇ ਇਹਨੂੰ ਟੱਚ ਕੀਤਾ ਇਹਦਾ ਮਤਲਬ ਇੱਥੇ ਐਕਸ ਦੀ ਵੈਲਿਊ ਹੋਊਗੀ 5 ਹੋਊਗੀ 6 ਹੋਊਗੀ ਕੁਛ ਤਾਂ ਕੁਛ ਹੋਊਗੀ ਉਹ ਬਟ ਵਾਈ ਕਿੰਨਾ 0 ਅਤੇ ਜਦੋਂ ਮੈਂ ਵਾਈ ਨੂੰ ਟੱਚ ਕੀਤਾ ਇਹਦਾ ਮਤਲਬ ਇੱਥੇ ਵਾਈ 'ਤੇ ਕੁਛ ਨਾ ਕੁਛ ਵੈਲਿਊ ਪੱਕਾ ਹੋਏਗੀ ਪਰ ਇਹਦਾ ਐਕਸ ਦੀ ਵੈਲਿਊ ਕਿੰਨੀ ਹੈ 0 ਇਹ ਇੱਕ ਦੂਸਰੇ ਇੱਥੇ
ਕਦੇ ਵੀ ਲਾਈਨ ਨੂੰ ਟੱਚ ਨਹੀਂ ਕਰ ਸਕਦੇ। ਲਾਈਨ ਨੂੰ ਟੱਚ ਕਰਨ ਦਾ ਮਤਲਬ ਇਹ ਨਿਕਲਦਾ ਕਿ ਕੋਈ ਨਾ ਕੋਈ ਪ੍ਰੋਡਕਟ ਦੀ ਵੈਲਿਊ ਜ਼ੀਰੋ ਹੋ ਗਈ ਹੈ, ਜਦਕਿ ਆਪਾਂ ਆਈਸੀ ਦੇ ਵਿੱਚ ਇਹ ਦਿਖਾ ਰਹੇ ਹੁੰਦੇ ਹਾਂ ਕਿ ਦੋਨੋਂ ਪ੍ਰੋਡਕਟ ਦੇ ਵਾਸਤੇ ਉਹ ਬੜਾ ਹੀ ਉਹਦੀ ਡਿਜ਼ਾਇਰ ਹੈਗੀ ਹੈ, ਕੰਜ਼ਿਊਮਰ ਦੀ ਉਹਦੀ ਡਿਜ਼ਾਇਰ ਦੀ ਇੱਕ ਅੱਛੀ ਤਕੜੀ ਇੰਟੈਂਸਿਟੀ ਹੈ, ਉਹ ਕਦੇ ਵੀ ਦੋਹਾਂ 'ਚੋਂ ਕਿਸੇ ਪ੍ਰੋਡਕਟ ਨੂੰ ਜ਼ੀਰੋ ਤਾਂ ਨਹੀਂ ਲੈ ਕੇ ਆਏਗਾ, ਕਦੇ ਨਹੀਂ ਲੈ ਕੇ ਆਉਂਦਾ। ਠੀਕ, ਪਹਿਲਾ ਪ੍ਰੋਡਕਟ ਉਹਨੇ 1 ਤੋਂ ਸਟਾਰਟ ਕੀਤਾ, ਲਾਸਟ ਦੂਜਾ ਪ੍ਰੋਡਕਟ ਵੀ ਜਦੋਂ ਘਟਦਾ 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 ਉਹ 4 ਤੇ ਖੜ ਜਾਏਗਾ, ਨੀਚੇ ਨਹੀਂ ਜਾਏਗਾ, ਜ਼ੀਰੋ ਤੇ ਨਹੀਂ ਲੈ ਕੇ ਆਉਂਦਾ ਅਗਲਾ, ਸਿੱਧੀ ਜੀ ਗੱਲ। ਠੀਕ, ਤਾਂ ਆਪਣੇ ਕੋਲ ਬਸ ਆਹ 5 ਸੀਗੇ, ਮੋਸਟ ਇੰਪੋਰਟੈਂਟ ਟੋਪਿਕ ਸੀਗਾ ਇਹ ਕਿ ਆਈਸੀ ਦੇ ਫੀਚਰਸ ਕਿਆ ਕਿਆ ਨੇ। ਐਕਸਪਲੇਨ ਅੱਛੇ ਤਰੀਕੇ ਨਾਲ ਕਰਨ ਵਾਸਤੇ ਸਿੰਪਲ ਤੁਹਾਨੂੰ ਇੱਕ ਤਰੀਕਾ ਦੱਸਦਾ, ਜਦੋਂ ਵੀ ਇਹਨੂੰ ਫਿਗਰ ਨੂੰ ਐਕਸਪਲੇਨ ਕਰਨਾ ਹੈ ਪ੍ਰੋਪਰਲੀ ਐਕਸਪਲੇਨ ਕਰੋ, ਫਿਗਰ ਬਣਾਓ, ਠੀਕ ਹੈ, ਜੋ ਜੋ ਮੈਂ ਤੁਹਾਨੂੰ ਬੋਲ ਕੇ ਦੱਸਿਆ ਉਸ ਨੂੰ ਆਪਾਂ 3-4 ਲਾਈਨਾਂ 'ਚ ਅਗਰ ਆਪਾਂ ਲਿਖਦੇ ਹਾਂ ਤਾਂ ਕੁਐਸਚਨ ਦੀ ਐਕਸਪਲੇਨੇਸ਼ਨ ਬਹੁਤ ਵਧੀਆ ਬਣ ਜਾਂਦੀ ਹੈ। ਫਿਗਰ ਜ਼ਰੂਰ ਬਣਾਉਣੀ ਹੈ ਹਰ ਇੱਕ ਫੀਚਰ ਵਾਸਤੇ, ਤਾਂ ਬਹੁਤ ਘੈਂਟ ਕੰਮ ਬਣੂ। ਬੇਸਿਕਲੀ ਕੰਜ਼ਿਊਮਰ ਦਾ ਇਕਲਿਬਰਨ ਦਿਖਾਉਣ ਵਾਸਤੇ ਦੋ ਗੱਲਾਂ ਹੀ ਇੰਪੋਰਟੈਂਟ ਨੇ, ਜਿਨ੍ਹਾਂ ਨੂੰ ਮਿਕਸ ਕਰਕੇ ਆਪਾਂ ਇਕਲਿਬਰਨ ਦਿਖਾ ਦੇਵਾਂਗੇ। ਉਹ ਦੋ ਗੱਲਾਂ ਨੇ, ਇੱਕ ਤਾਂ ਆਪਣੀ ਨੀਅਤ, ਦੂਸਰੀ ਆਪਣੀ ਔਕਾਤ। ਮੰਨ ਗਿਆ ਮੈਂ ਥੋੜ੍ਹਾ ਜਿਹਾ ਦੇਸੀ ਹੋ ਗਿਆ, ਪਰ ਇਕਨੋਮਿਕਸ ਇੱਦਾਂ ਹੀ ਕਹਿੰਦੀ। ਦੇਖੋ ਸਭ ਤੋਂ ਪਹਿਲਾਂ ਜਿਹੜੀ ਆਪਾਂ ਕੰਜ਼ਿਊਮਰ ਦੀ ਉਹ ਕਰਵ ਦੇਖੀਏ ਨਾ, ਇੰਡੀਫਰੈਂਸ ਕਰਵ, ਉਹ ਦਿਖਾਉਂਦੀ ਹੈ ਵੀ ਆਪਣੇ ਹਿਸਾਬ ਕਿਤਾਬ ਕੀ ਨੇ, ਆਪਣੀ ਕਿਹੋ ਫੀਲਿੰਗ ਆਏਗੀ ਜਦੋਂ ਆਪਾਂ ਦੋ ਪ੍ਰੋਡਕਟ ਕੰਜ਼ਿਊਮ ਕਰ ਰਹੇ ਇਕੱਠੇ ਇਕੱਠੇ, ਆਪਣੀ ਨੀਅਤ। ਠੀਕ, ਦੂਸਰਾ ਹੈ ਟੋਪਿਕ ਬਜਟ ਦਾ, ਕੰਜ਼ਿਊਮਰ ਦੇ ਬਜਟ ਦਾ, ਜੋ ਕਿ ਆਪਣਾ ਦਿਖਾਏਗਾ ਔਕਾਤ ਬਾਰੇ। ਇਕਲਿਬਰੀਅਮ ਉੱਥੇ ਆਏਗਾ ਜਿੱਥੇ ਦੋਨੋਂ ਮੈਚ ਕਰਨਗੇ। ਕੋਈ ਬੰਦਾ ਭਾਲਦਾ ਹੈ ਵੀ ਆਹ ਚੀਜ਼ ਵੀ ਲੈਣੀ ਹੈ, ਆਹ ਚੀਜ਼ ਵੀ ਲੈਣੀ ਹੈ, ਆਹ ਚੀਜ਼ ਵੀ ਲੈਣੀ ਹੈ, ਬਟ ਬਜਟ ਵੀ ਹੋਣਾ ਚਾਹੀਦਾ। ਠੀਕ, ਤਾਂ ਹੁਣ ਆਪਾਂ ਇਸ ਬਾਰੇ ਸਟੱਡੀ ਕਰਾਂਗੇ। ਬਜਟ ਕੀ ਹੁੰਦਾ? ਬਜਟ ਬੇਸਿਕਲੀ, ਬਜਟ ਇਹੀ ਹੈ ਕਿ ਤੁਸੀਂ ਖਰਚਾ ਕਿੰਨਾ ਕਰ ਸਕਦੇ ਹੋ। ਠੀਕ, ਆਪਾਂ ਇੱਥੇ ਜ਼ਿਆਦਾ ਕੰਪਲੀਕੇਟ ਨਹੀਂ ਕੀਤਾ ਇਸਨੂੰ, ਕਿਉਂਕਿ ਆਪਾਂ ਖਰਚੇ ਦੇ ਵਿੱਚ ਤਾਂ 1000 ਚੀਜ਼ਾਂ ਕਰ ਲੈਂਦੇ ਹਾਂ। ਆਪਾਂ ਹੁਣ ਇਹ ਕਰਦੇ ਹਾਂ, ਸਿਰਫ 2 ਗੁੜਸ ਲੈ ਕੇ ਉਹਨਾਂ ਦੇ ਨਾਲ ਆਪਾਂ ਬਜਟ ਨੂੰ ਕੰਸਿਡਰ ਕਰਾਂਗੇ। ਮੰਨ ਕੇ ਚੱਲੋ ਇੱਕ ਆਮ ਜਿਹਾ ਮੇਰੇ ਵਰਗਾ ਭੋਲਾ ਜਿਹਾ ਬੰਦਾ ਜਿਹਦਾ ਬਜਟ ਸਿਰਫ 60 ਰੁਪਏ ਆ ਬਾਜ਼ਾਰ 'ਚ ਜਾਣ ਲੱਗਿਆ। ਠੀਕ, ਅਤੇ ਆਪਾਂ ਖਰੀਦਣਾ ਹੈ 2 ਤਰ੍ਹਾਂ ਦਾ ਗੁੜਸ। ਇੱਕ ਗੁੜਸ ਐਸੀਆਂ ਨੇ ਜਿਹਦਾ ਪ੍ਰਾਈਸ ਹੈਗਾ 1 ਰੁਪਏ ਪਰ ਯੂਨਿਟ, ਦੂਸਰੇ ਗੁੜਸ ਐਸੇ ਨੇ ਜੋ ਪ੍ਰਾਈਸ ਹੈਗਾ 2 ਰੁਪਏ ਪਰ ਯੂਨਿਟ। ਲਾ ਲਓ 1 ਰੁਪਏ ਵਾਲੀ ਪੈਨਸਲ ਹੈ, 2 ਰੁਪਏ ਵਾਲਾ ਪੈੱਨ ਹੈ, ਜਾਂ ਕਹਿ ਲਓ 1 ਰੁਪਏ ਵਾਲਾ ਇਰੇਜ਼ਰ ਹੈ, 2 ਰੁਪਏ ਵਾਲੀ ਪੈਨਸਲ, ਕੁਛ ਮਰਜ਼ੀ ਲਾ ਲਓ, ਵੀ 2 ਤਰ੍ਹਾਂ ਦੇ ਗੁੜਸ ਨੇ। ਅਗਲਾ ਪੁਆਇੰਟ ਦੇਖਣਾ ਬਹੁਤ ਇੰਪੋਰਟੈਂਟ ਹੈ। ਹੁਣ ਆਪਾਂ ਇੱਕ ਇੱਥੇ ਮਜਬੂਰੀ ਹੈ, 2 ਕੰਬੀਨੇਸ਼ਨ ਦਾ ਦਿਖਾਉਣੇ ਇਸ ਤਰੀਕੇ ਨਾਲ ਹੈਗੇ ਨੇ, ਜਿਹਦੇ ਵਿੱਚ ਇੱਕ ਪ੍ਰੋਡਕਟ 0 ਲਿਆ 1 ਵਾਲਾ, ਜੇ ਆਪਾਂ ਦੂਸਰਾ ਪ੍ਰੋਡਕਟ 0 ਲੈ ਲਈਏ ਯੂਨਿਟ ਗੁੜ 2 ਵਾਲਾ, ਤਾਂ ਕੀ ਕੰਬੀਨੇਸ਼ਨ ਬਣੇਗਾ, ਇਹ ਦਿਖਾਉਣਾ ਜ਼ਰੂਰੀ ਹੈ। ਇਸ ਤਰੀਕੇ ਨਾਲ ਆਪਾਂ ਬਣਾਵਾਂਗੇ। ਹੁਣ ਮੈਂ ਆਪਦੇ ਵੱਲੋਂ ਨੰਬਰ ਲੈ ਲਏ ਸੀਗੇ, ਪਰ ਹੁਣ ਤੁਹਾਡੇ ਤੋਂ ਹਿਸਾਬ ਕਿਤਾਬ ਦੇਖ ਲਓ ਵੀ ਇਹ ਨੰਬਰ ਆਪਾਂ ਜਿਵੇਂ ਮਰਜ਼ੀ ਲੈ ਸਕਦੇ ਹਾਂ। ਇਸ ਤਰ੍ਹਾਂ ਮੰਨ ਕੇ ਚੱਲੋ ਜੀ, ਹਾਂ 60 ਰੁਪਏ ਦਾ ਬਜਟ, ਗੁੜ ਜਿਹੜੀ 2 ਹੈਗੀ ਹੈ ਉਹ 2 ਰੁਪਏ ਪਰ ਯੂਨਿਟ ਹੈ। ਠੀਕ, ਪਹਿਲੀ ਗੁੜ ਆਪਾਂ ਬਿਲਕੁਲ ਨਹੀਂ ਲਈ, 0 ਰੁਪਇਆ ਲਾਇਆ ਉਸ 'ਤੇ, ਤਾਂ ਦੂਸਰੀ ਗੁੜਸ ਦੇ ਉੱਤੇ ਜਦੋਂ ਆਪਾਂ ਪੈਸੇ ਲਾਵਾਂਗੇ ਤਾਂ ਕਿੰਨੀਆਂ ਆ ਜਾਣਗੀਆਂ? 60 ਰੁਪਏ 2 ਰੁਪਏ ਨਾਲ ਡਿਵਾਈਡ ਕਰੋ, ਆਪਾਂ ਨੂੰ 30 ਗੁੜਸ ਮਿਲ ਜਾਣਗੀਆਂ। ਮੰਨ ਕੇ ਚੱਲੋ ਆਹ ਹੈਗੇ ਨੇ ਪੈੱਨ, ਆਹ ਹੈਗੀਆਂ ਜੀ ਪੈਨਸਲਾਂ, 1 ਰੁਪਏ ਦੀ ਪੈਨਸਲ ਆ, 2 ਰੁਪਏ ਦਾ ਪੈੱਨ ਆ। ਠੀਕ, ਅਤੇ ਜਦੋਂ ਮੈਂ ਸੋਚਿਆ ਵੀ 10 ਪੈਨਸਲਾਂ ਖਰੀਦ ਲੈਂਦੇ ਹਾਂ, ਠੀਕ 10 ਪੈਨਸਲਾਂ ਖਰੀਦ, 10 ਵੀ ਨਹੀਂ
ਥੋੜ੍ਹਾ ਬੈਟਰ ਵੈਲਿਊ ਲੈ ਲੈਂਦੇ ਹਾਂ, ਜ਼ਿਆਦਾ ਵਧੀਆ ਹੋਊਗਾ ਫਾਇਦਾ। 20 ਪੈਨਸਲਾਂ ਖਰੀਦ ਲੈਂਦੇ ਹਾਂ, 20 ਪੈਨਸਲਾਂ ਖਰੀਦ ਲੈਂਦੇ ਹਾਂ, ਤਾਂ ਜੇ 20 ਪੈਨਸਲਾਂ ਖਰੀਦ ਲਈਆਂ ਪਿੱਛੇ ਪੈਸੇ ਕਿੰਨੇ ਬਚ ਗਏ? 60 ਰੁਪਏ ਦੇ ਵਿੱਚੋਂ 20 ਰੁਪਏ ਦੀਆਂ 20 ਪੈਨਸਲਾਂ ਆਉਣਗੀਆਂ, ਠੀਕ। ਪਿੱਛੇ ਬਚੇ 40 ਰੁਪਏ, 40 ਨੂੰ ਕਰਾਂਗੇ ਡਿਵਾਈਡ ਆਪਾਂ 2 ਰੁਪਏ ਦੇ ਪੈਨ ਨਾਲ, ਕਿੰਨੇ ਪੈਨ ਆਉਣਗੇ? 20 ਪੈਨ ਆ ਜਾਣਗੇ, ਠੀਕ। ਅੱਗੇ ਦੇਖੋ, 20 ਦੀ ਜਗ੍ਹਾ 'ਤੇ ਮੈਂ ਅਗਰ 40 ਪੈਨਸਲਾਂ ਖਰੀਦ ਲਵਾਂ ਤਾਂ 40 ਰੁਪਏ ਲੱਗ ਗਏ, 60 ਦੇ ਵਿੱਚੋਂ 40 ਲੱਗ ਗਏ, ਪਿੱਛੇ ਬਚੇ 20 ਰੁਪਏ, ਇਹ 20 ਨੂੰ 2 ਨਾਲ ਡਿਵਾਈਡ ਮਾਰੀ 10 ਪੈਨ ਆ ਜਾਣਗੇ। ਅਤੇ ਜੇ ਕਿਤੇ 60 ਪੈਨਸਲਾਂ ਕਰ ਲਈਏ ਆਪਾਂ, ਤਾਂ ਤੁਸੀਂ ਦੇਖੋਗੇ ਵੀ 60 ਰੁਪਏ ਸੀਗੇ, 60 ਪੈਨਸਲਾਂ 'ਤੇ ਲੱਗ ਗਏ, ਪਿੱਛੇ ਬਚੇ ਹੀ ਕੁਝ ਨਹੀਂ, ਪੈਨ ਇੱਕ ਵੀ ਨਹੀਂ ਖਰੀਦ ਪਾਏ ਆਪਾਂ। ਤਾਂ ਕੁਛ ਇਸ ਤਰੀਕੇ ਦਾ ਬਜਟ ਬਣ ਸਕਦਾ ਹੈ। ਤੁਸੀਂ ਇਸ ਟੇਬਲ ਨੂੰ ਜਿੱਦਾਂ ਮਰਜ਼ੀ ਜਿਹੋ ਜਿਹੇ ਮਰਜ਼ੀ ਦਿਮਾਗ ਲਾ ਕੇ ਨੰਬਰ ਬਣਾ ਸਕਦੇ ਹੋ, ਬਸ 2 ਚੀਜ਼ਾਂ ਜ਼ਰੂਰ ਸ਼ੋਅ ਕਰ ਦਿਓ, ਇੱਕ ਤਾਂ ਇੱਥੇ 0, ਇੱਕ ਇੱਥੇ 0, ਠੀਕ। ਵਿਚਾਰ ਨੰਬਰ ਤੁਸੀਂ ਦਿਮਾਗ ਲਾ ਲਿਓ, ਕਿਉਂਕਿ ਓਬਵੀਅਸਲੀ ਇੱਕ ਤਰ੍ਹਾਂ ਦੀ ਇਕੁਏਸ਼ਨ ਬਣਦੀ ਹੈ, ਠੀਕ। ਜਿਹੜਾ ਆਪਾਂ ਇਹ ਟੇਬਲ ਬਣਾਇਆ ਅਸਲ ਦੇ ਵਿੱਚ ਇਹ ਇੱਕ ਐਲਜਬਰਿਕ ਇਕੁਏਸ਼ਨ ਤੋਂ ਹੀ ਬਣ ਸਕਦਾ ਸੀ। ਕਿਵੇਂ? ਪ੍ਰਾਈਸ ਐਕਸ ਦਾ, ਠੀਕ ਹੈ, ਪਹਿਲੀ ਗੁੜ ਦਾ ਐਕਸ 1 ਦਾ ਅਤੇ ਉਹਦਾ ਪ੍ਰਾਈਸ ਮਲਟੀਪਲਾਈ ਕਰਕੇ, ਪਲੱਸ ਪ੍ਰਾਈਸ ਦੂਜੀ ਗੁੜਸ ਦਾ, ਠੀਕ ਹੈ, ਉਹਦੇ ਨਾਲ ਮਲਟੀਪਲਾਈ ਕਰਕੇ ਕੁੱਲ ਮਿਲਾ ਕੇ ਬਣਦਾ ਤੁਹਾਡੀ ਇਨਕਮ ਦੇ। ਤਾਂ ਬਜਟ ਦੇਖੋ 2 ਤਰੀਕੇ ਨਾਲ ਸ਼ੋਅ ਕੀਤਾ ਜਾ ਸਕਦਾ, ਜਾਂ ਤਾਂ ਆਪਾਂ ਸਾਰਾ ਖਰਚਾ ਕਰ ਦਾਂਗੇ ਜਿੰਨਾ ਕਿ ਆਪਣੀ ਇਨਕਮ ਹੈ, ਜਾਂ ਫਿਰ ਆਪਾਂ ਉਸ ਤੋਂ ਘੱਟ ਖਰਚਾ ਕਰਾਂਗੇ। ਅਸਾਈਨ ਦੇਖਿਆ ਕਦੇ ਕਿਸੇ ਨੇ? ਇਹਨੂੰ ਬੋਲਦੇ ਹਾਂ ਲੈਸ ਦੈਨ ਇਕੁਅਲ ਟੂ। ਮਤਲਬ ਸਪੋਜ਼ ਕਰੋ ਮੇਰੇ 60 ਰੁਪਏ ਨੇ ਇੱਥੇ, ਜਾਂ ਤਾਂ ਮੈਂ ਦੋਹਾਂ ਦਾ ਖਰਚਾ ਇੱਥੇ 60 ਰੁਪਏ ਕਰ ਲਵਾਂ, ਫਿਰ ਤਾਂ ਇਕੁਅਲ ਟੂ ਬਣ ਜੂਗਾ। ਜਾਂ ਮੈਂ ਖਰਚਾ 50 ਰੁਪਏ ਕਰ ਲਵਾਂ, 60 ਰੁਪਏ ਭਾਵੇਂ ਮੇਰਾ ਬਜਟ ਸੀਗਾ, ਬਜਟ ਦੇ ਲਈ ਆਪਾਂ ਵਾਈ ਲੈਟਰ ਡਿਨੋਟ ਕੀਤਾ, ਤਾਂ ਮੈਂ ਇੱਥੇ ਲੈਸ ਦੈਨ ਦਾ ਸਾਈਨ ਪਾਊਂਗਾ। ਤਾਂ ਦੋਵੇਂ ਹੀ ਕੇਸ ਪੋਸੀਬਲ ਹੋ ਸਕਦੇ ਨੇ, ਇੱਕ ਜਿਹਦੇ ਵਿੱਚ ਮੈਂ ਬਜਟ ਪੂਰਾ ਯੂਜ਼ ਕਰ ਲਿਆ, ਇੱਕ 'ਚ ਮੈਂ ਬਜਟ ਪੂਰਾ ਯੂਜ਼ ਨਹੀਂ ਕੀਤਾ। ਦੋਨੋਂ ਹੀ ਕੇਸ ਕਾਮਯਾਬ ਨੇ, ਠੀਕ, ਦੋਨੋਂ ਹੀ ਪੋਸੀਬਲ ਹੈਗੇ ਨੇ। ਹੁਣ ਇਹਦਾ ਗ੍ਰਾਫ ਵੀ ਹੈ, ਗ੍ਰਾਫ ਇਹਦਾ ਬਿਲਕੁਲ ਸਿੰਪਲ ਜਿਹਾ ਬਣ ਗਿਆ, ਮੰਨ ਗਿਆ, ਬਹੁਤ ਕੁਝ ਖਾਸ ਨਹੀਂ ਹੈਗਾ। ਇੱਕ ਪ੍ਰੋਡਕਟ ਨੂੰ ਨੀਚੇ ਲੈ ਲਓ, ਗੁੱਡ 1 ਨੂੰ ਨੀਚੇ ਲੈ ਲਿਆ, ਗੁੱਡ 2 ਨੂੰ ਉੱਪਰ ਲੈ ਲਿਆ ਜੀ। ਗੁੱਡ 1 ਦੇ ਵਿੱਚ ਆਪਾਂ ਨੂੰ 60 ਤੱਕ ਚਾਹੀਦਾ ਨਾ, 20, ਇੱਕ ਮਿੰਟ, 10-10 ਦੀ ਗੈਪ ਲੈ ਲਿਆ, 10, 20, 30, 40, 50, 60, ਉੱਧਰ ਵੀ 10-10 ਦਾ ਗੈਪ ਲੈ ਲਿਆ, 10, 20, 30, ਬਸ 40 ਤੱਕ ਬਹੁਤ। ਹਾਂਜੀ, ਜਦੋਂ 0 ਹੈ ਤਾਂ ਇੱਥੇ 30 ਹੈ ਜੀ, 0 ਅਤੇ 30 ਹੈ, 20 ਅਤੇ 20 ਹੈ, ਇੱਥੋਂ 20 ਅਤੇ ਇੱਧਰੋਂ ਵੀ 20, ਇੱਥੇ ਬਣੂ ਗੱਲ, 40 ਅਤੇ 10 ਹੈ, ਇੱਥੋਂ 40, ਇੱਥੋਂ 10, ਅਤੇ ਲਾਸਟ 60 ਅਤੇ 0, ਇੱਧਰੋਂ 60, ਇੱਧਰੋਂ 0। ਤਾਂ ਤੁਸੀਂ ਦੇਖੋਗੇ ਇੱਕ ਬੜੀ ਹੈਰਾਨੀ ਵਾਲੀ ਗੱਲ, ਇਹ ਲਾਈਨ ਬਿਲਕੁਲ ਸਿੱਧੀ ਵੱਜੇਗੀ, ਸਟ੍ਰੇਟ ਲਾਈਨ ਹੋਵੇਗੀ ਇਹ। ਕਾਰਨ ਗੈਪ ਗੌਰ ਕਰਿਓ ਕਰ ਜਰਾ, ਕਿੰਨਾ ਗੈਪ ਹੈ? 20 ਦਾ, 20 ਦਾ, 20 ਦਾ ਗੈਪ, ਇੱਧਰ ਗੈਪ ਕਿੰਨਾ? 10, 10, 10। ਜਦੋਂ ਆਪਾਂ ਗੈਪ ਸੇਮ ਰੱਖਦੇ ਹਾਂ ਇੱਕ ਕੋਲਮ 'ਚ, ਤਾਂ ਓਬਵੀਅਸਲੀ ਉਹਦੇ ਨਾਲ ਲਾਈਨ ਸਿੱਧੀ ਬਣਦੀ ਹੈ, ਠੀਕ। ਅੱਗੇ ਦੇਖਣਾ ਬੜੀ ਇੱਕ ਹੋਰ ਜ਼ਰੂਰੀ ਗੱਲ ਵੀ, ਆ ਲਾਈਨ ਆਪਣਾ ਬਜਟ ਦਿਖਾ ਰਹੀ ਹੈ, ਬਜਟ ਬੇਸਿਕਲੀ ਅਟੇਨੇਬਲ ਕੰਬੀਨੇਸ਼ਨਸ। ਬਜਟ ਕਿਆ ਹੈ, ਮੈਂ ਇੱਥੇ ਡੈਫੀਨੇਸ਼ਨ ਵੀ ਤੁਹਾਨੂੰ ਦੱਸਣੀ ਸ਼ਾਇਦ ਹੈਗੀ, ਰੈਫਰਸ ਟੂ ਅਟੇਨੇਬਲ ਕੰਬੀਨੇਸ਼ਨ ਆਫ ਸੈਟ ਆਫ
ਟੂ ਗੁੱਡਸ ਕਿ ਤੁਸੀਂ ਦੋ ਗੁੱਡਸ ਦਾ ਸੈੱਟ ਹੈ, ਕਿੰਨਾ ਕੁ ਤੁਸੀਂ ਉਸ 'ਤੇ ਪੈਸੇ ਖਰਚ ਕਰ ਸਕਦੇ ਹੋ। ਇਹ ਲਾਈਨ ਆਪਣੇ ਲਈ ਇੱਕ ਬਾਉਂਡਰੀ ਵਾਂਗੂ ਹੋ ਜਾਂਦੀ ਹੈ। ਇਸ ਤੋਂ ਬਾਹਰ ਵਾਲੇ ਅਨਅਟੇਨੇਬਲ ਨੇ, ਕਿਉਂਕਿ ਆਪਣੇ ਕੋਲ ਪੈਸੇ ਨਹੀਂ ਹੈਗੇ, ਆਹ ਵਾਲੇ ਅਟੇਨੇਬਲ ਨੇ। ਠੀਕ ਹੈ ਜੀ, ਇਹਦੇ ਅੰਦਰ ਅੰਦਰ ਆਪਾਂ ਖਰਚਾ ਕਰ ਸਕਦੇ, ਬਾਹਰ ਖਰਚਾ ਨਹੀਂ ਕਰ ਸਕਦੇ, ਪੈਸੇ ਨਹੀਂ ਹੈਗੇ। ਠੀਕ, ਅਤੇ ਅਗਰ ਮੈਂ ਹੁਣ ਇੱਥੇ ਟੋਪਿਕ ਨਿਬੇੜ ਦੇਵਾਂ ਤਾਂ ਸ਼ਾਇਦ ਚੈਪਟਰ ਵੀ ਨਿਬੜ ਜਾਵੇ। ਜ਼ਰਾ ਗੌਰ ਕਰਨਾ, ਬੜੀ 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 ਇੱਕ ਇੰਪੋਰਟੈਂਟ ਗੱਲ, ਕੰਜ਼ਿਊਮਰ ਦਾ ਇਕਲਿਬ੍ਰੀਅਮ ਵੀ ਇੱਥੇ ਹੈ। ਆ ਬਜਟ ਤਾਂ ਤੁਸੀਂ ਦੇਖ ਲਿਆ, ਬਜਟ ਇਹ ਲਾਈਨ ਜਿਹੜੀ ਹੈ ਉਹ ਸਿੱਧੀ ਬਣਦੀ ਹੈ। ਠੀਕ, ਅਤੇ ਜਿਹੜਾ ਆਪਾਂ ਇੰਡੀਫਰੈਂਸ ਕਰਵ ਸੀਗਾ ਉਹ ਆਪਾਂ ਬਣਾਇਆ ਸੀਗਾ, ਉਹ ਕੁਛ ਇੱਦਾਂ ਦਾ ਸੀਗਾ। ਠੀਕ, ਕਨਵੈਕਸ ਸ਼ੇਪ ਸੀਗੀ। ਕੰਜ਼ਿਊਮਰ ਦਾ ਇਕਲਿਬ੍ਰੀਅਮ ਉੱਥੇ ਆਏਗਾ ਜਿੱਥੇ ਦੋਨੋਂ ਆਪਸ ਟਕਰਾਉਣਗੇ। ਹੁਣ ਟਕਰਾਉਣ ਦਾ ਹਿਸਾਬ ਕਿਤਾਬ ਕੀ ਹੈ, ਤਿੰਨ ਤਰ੍ਹਾਂ ਦੇ ਕੇਸ ਬਣਦੇ ਨੇ, ਉਹ ਤਿੰਨਾਂ ਵਿੱਚੋਂ ਆਪਾਂ ਤੁਹਾਨੂੰ ਸਮਝਾਉਣਾ ਵੀ ਬੈਸਟ ਕਿਹੜਾ। ਇੱਕ ਹੋਰ ਬੜਾ ਪਿਆਰਾ ਜਿਹਾ ਟੋਪਿਕ ਹੈ ਬਜਟ ਲਾਈਨ ਦੇ ਨਾਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਚੇਂਜਿਸ ਇਨ ਬਜਟ ਸੈੱਟ। ਚੇਂਜ ਹੋ ਜਾਵੇ ਅਗਰ ਤਾਂ ਕਿੱਦਾਂ ਦਾ ਹਿਸਾਬ ਕਿਤਾਬ ਹੋਊਗਾ। ਦੇਖੋ ਚੇਂਜ ਜਿਹੜਾ ਹੈ ਬਦਲਾਵ, ਬਜਟ ਲਾਈਨ ਦੇ ਵਿੱਚ ਬਜਟ ਸੈੱਟ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਬਦਲਾਵ ਹੋ ਗਿਆ। ਬਦਲਾਵ ਦੇ ਮੇਨਲੀ ਦੋ ਕਾਰਨ ਨੇ, ਦੋ। ਜਾਂ ਤਾਂ ਉਹ ਬਦਲਾਵ ਹੋਏਗਾ, ਸ਼ਿਫਟ ਹੋ ਜਾਏਗਾ ਪੂਰਾ ਦਾ ਪੂਰਾ ਬਜਟ ਲਾਈਨ ਦੇ ਵਿੱਚ, ਜਾਂ ਫਿਰ ਬਜਟ ਲਾਈਨ ਰੋਟੇਟ ਕਰੇਗੀ। ਜਾਂ ਤਾਂ ਪੂਰੀ ਦੀ ਪੂਰੀ ਬਜਟ ਲਾਈਨ ਹੀ ਸ਼ਿਫਟ ਹੋ ਜਾਏਗੀ ਜਾਂ ਸਿਰਫ ਰੋਟੇਟ ਕਰੇਗੀ। ਹੁਣ ਸ਼ਿਫਟ ਦਾ ਦੇਖੋ ਕੀ ਸੀ ਨਾ, ਪਹਿਲਾਂ ਤਾਂ ਸ਼ਿਫਟ ਦੋ ਤਰ੍ਹਾਂ ਦਾ ਹੋਏਗਾ। ਬੈਕਵਰਡ ਸ਼ਿਫਟ ਹੁੰਦਾ ਅਤੇ ਫੋਰਵਰਡ ਸ਼ਿਫਟ ਹੁੰਦਾ। ਸਮਝੋ ਕਿਵੇਂ, ਮੰਨ ਕੇ ਚੱਲੋ ਆਪਣੇ ਕੋਲ ਦੋ ਪ੍ਰੋਡਕਟ ਦੇ ਹਿਸਾਬ ਨਾਲ ਆ ਇੱਥੇ ਇੱਕ ਆਪਣੀ ਬਜਟ ਲਾਈਨ ਹੈ। ਠੀਕ ਹੈ, ਆ ਨੀਚੇ ਆਪਣਾ ਗੁੱਡ ਐਕਸ ਹੈ, ਉੱਪਰ ਆਪਣਾ ਗੁੱਡ ਵਾਈ ਹੈ। ਠੀਕ ਹੈ, ਇਹ ਨੋਰਮਲ ਆਪਣੀ ਬਜਟ ਲਾਈਨ ਹੈ। ਬੈਕਵਰਡ ਸ਼ਿਫਟ ਕਿਵੇਂ ਆਊਗਾ? ਬੈਕਵਰਡ ਸ਼ਿਫਟ ਉਦੋਂ ਆਊਗਾ ਜੇ ਕਿਸੇ ਦਾ ਬੰਦੇ ਦਾ ਬਜਟ ਘੱਟ ਗਿਆ, ਉਹਦੇ ਕੋਲ ਪੈਸੇ ਘੱਟ ਗਏ, ਤਾਂ ਇਹ ਲਾਈਨ ਥੱਲੇ ਗਿਰੇਗੀ। ਠੀਕ ਹੈ, ਅਪਰੋਕਸੀਮੇਟਲੀ ਪੈਰਲਲ ਬਣੇਗੀ, ਬਿਕੋਜ਼ ਬੰਦਾ ਉਹ ਖਰਚਾ ਉੱਦਾਂ ਹੀ ਕਰੇਗਾ ਜਿਵੇਂ ਪਹਿਲਾਂ ਕਰਦਾ ਸੀਗਾ। ਹਾਂ, ਪਰ ਇਹ ਹੋਏਗਾ ਕਿ ਪੈਸੇ ਜਦੋਂ ਘੱਟ ਗਏ ਉਹਦੇ ਕੋਲ, ਤਾਂ ਜਿਵੇਂ ਲਗਾ ਲਓ ਗੁੱਡ ਐਕਸ ਪਹਿਲਾਂ 10 ਲੈਂਦਾ ਸੀਗਾ ਅਤੇ ਗੁੱਡ ਵਾਈ ਪਹਿਲਾਂ 8 ਲੈਂਦਾ ਸੀਗਾ। ਠੀਕ, ਤਾਂ ਉਹਨੇ ਕਿਆ ਕੀਤਾ, ਗੁੱਡ ਐਕਸ ਜਿਹੜੇ ਸੀਗੇ ਲਗਾ ਲਓ ਵੀ 10 ਤੋਂ 5 ਕਰਤੇ, ਗੁੱਡ ਵਾਈ ਉਹਨੇ 8 ਤੋਂ 4 ਕਰਤੇ, ਉਹ ਸੇਮ ਪ੍ਰਪੋਰਸ਼ਨ ਦੇ ਵਿੱਚ ਹੀ ਆਪਣਾ ਖਰਚਾ ਘਟਾ ਲਏਗਾ। ਠੀਕ, ਦੂਸਰੀ ਗੱਲ ਇਹ ਹੈਗਾ ਬੈਕਵਰਡ ਸ਼ਿਫਟ। ਠੀਕ, ਫੋਰਵਰਡ ਸ਼ਿਫਟ ਕਦੋਂ ਹੋਏਗਾ? ਸਪੋਜ਼ ਕਰੋ ਬਜਟ ਵੱਧ ਗਿਆ, ਕਮਾਈ ਵੱਧ ਗਈ, ਹੁਣ ਖਰਚਾ ਹੋਰ ਕਰਨ ਦੀ ਸੋਚ ਲਈ। ਠੀਕ, ਥੋੜ੍ਹਾ ਜਿਹਾ ਇਹ ਲਾਈਨ ਸਕੇਲ ਨਾਲ ਲਗਾਉਣਾ। ਠੀਕ, ਤਾਂ ਜਿਹੜੀ ਆਹ ਲਾਈਨ ਹੋਏਗੀ ਇਹ ਰਿਪ੍ਰਜੈਂਟ ਕਰ ਰਹੀ ਹੈ ਫੋਰਵਰਡ ਸ਼ਿਫਟ ਨੂੰ। ਠੀਕ, ਇੱਕ ਬੈਕਵਰਡ ਸ਼ਿਫਟ ਹੈ ਜਦੋਂ ਬਜਟ ਘੱਟ ਗਿਆ, ਆਪਣੀ ਇਹ ਬਜਟ ਲਾਈਨ ਪਿੱਛੇ ਚਲੇਗੀ। ਇੱਕ ਫੋਰਵਰਡ ਸ਼ਿਫਟ ਹੈ ਜਦੋਂ ਬਜਟ ਲਾਈਨ ਅੱਗੇ ਚਲੇਗੀ। ਓਕੇ, ਹੁਣ ਦੇਖੋ ਰੋਟੇਸ਼ਨਾਂ ਕਿਵੇਂ ਹੋਣਗੀਆਂ। ਰੋਟੇਸ਼ਨ ਹੁੰਦੀ ਹੈ ਇੱਦਾਂ ਜਿਵੇਂ ਤੁਹਾਨੂੰ ਪਿਛਲੇ ਚੈਪਟਰ 'ਚ ਦੱਸਿਆ ਸੀਗਾ, ਰੋਟੇਸ਼ਨ ਦੇ ਵਿੱਚ ਪੂਰੀ ਲਾਈਨ ਨਹੀਂ ਸ਼ਿਫਟ ਕਰਦੀ, ਲਾਈਨ ਦਾ ਇੱਕ ਪੁਆਇੰਟ ਉੱਥੇ ਹੀ ਰਹਿੰਦਾ ਪਰ ਦੂਸਰਾ ਪੁਆਇੰਟ ਹਿੱਲ ਜਾਂਦਾ। ਕਿਵੇਂ, ਦੇਖੋ ਜ਼ਰਾ।
ਔਰ ਰੋਟੇਸ਼ਨ, ਰੋਟੇਸ਼ਨ ਵੀ ਦੇਖੋ ਦੋ ਤਰੀਕੇ ਨਾਲ ਹੋ ਸਕਦੀ ਹੈ, ਅਤੇ ਇਹਦੇ ਲਈ ਤੁਹਾਨੂੰ ਮੈਂ ਦੋ ਫਿਗਰਸ ਬਣਾ ਕੇ ਦਿਖਾਉਣੀ ਪੈਣਗੀਆਂ। ਜ਼ਰਾ ਗੌਰ ਕਰਨਾ, ਗੁੱਡ ਐਕਸ ਗੁੱਡ ਵਾਈ, ਗੁੱਡ ਐਕਸ ਗੁੱਡ ਵਾਈ, ਇਹ ਦੋ ਅਲੱਗ ਅਲੱਗ ਗੁੜਸ ਨੇ, ਜਿਵੇਂ ਸੇਬ ਅਤੇ ਸੰਤਰੇ ਲਾ ਲਓ, ਮੈਂਗੋ ਅਤੇ ਬਨਾਨਾਸ ਲਾ ਲਓ, ਕੋਈ ਵੀ ਦੋ ਗੁੜਸ ਹੋ ਸਕਦੇ ਨੇ। ਅਗਲੀ ਗੱਲ ਸੁਣਨਾ ਜਿਹੜੀ ਕਿ ਇੰਪੋਰਟੈਂਟ ਹੈ, ਹੁਣ ਇੱਥੇ ਗੱਲ ਕੀ ਕਰ ਰਹੇ ਹਾਂ ਆਪਾਂ, ਗੁੱਡ ਐਕਸ ਗੁੱਡ ਵਾਈ ਰੋਟੇਸ਼ਨ ਕਿਵੇਂ ਪੋਸੀਬਲ ਹੋਏਗੀ। ਮੰਨ ਕੇ ਚੱਲੋ ਵੀ ਇੱਕ ਆਹ ਹੈ ਆਪਣੀ ਬਜਟ ਲਾਈਨ, ਠੀਕ, ਅਤੇ ਕੁਦਰਤੀ ਇਹ ਹੋਇਆ ਜਦੋਂ ਆਪਾਂ ਬਾਜ਼ਾਰ ਗਏ ਤਾਂ ਪਤਾ ਲੱਗਿਆ ਕਿ ਗੁੱਡ ਐਕਸ ਸਸਤੀਆਂ ਹੋ ਗਈਆਂ, ਗੁੱਡ ਵਾਈ ਉਹੀ ਰੇਟ ਚੱਲਦਾ ਪਿਆ ਪਰ ਗੁੱਡ ਐਕਸ ਸਸਤੀਆਂ ਹੋ ਗਈਆਂ। ਅਗਰ ਉਹ ਚੀਜ਼ ਸਸਤੀ ਹੋ ਗਈ ਹੈ, ਪੈਸੇ ਤਾਂ ਆਪਾਂ ਉਹਨੇ ਲਾਉਣ ਦੀ ਸੋਚੀ ਬੈਠੇ ਹਾਂ, ਤਾਂ ਕੀ ਹੋਊਗਾ? ਹੁਣ ਇੱਥੇ ਪੁਆਇੰਟ ਆਏਗਾ, ਪਹਿਲਾਂ ਆਪਣੀ ਖਰੀਦਦਾਰੀ ਇੱਥੇ ਤੱਕ ਹੁੰਦੀ ਸੀ ਬਸ, ਹੁਣ ਆਪਾਂ ਇੱਥੇ ਖਰੀਦਾਂਗੇ ਤਾਂ ਇਹ ਬਜਟ ਲਾਈਨ ਰੋਟੇਟ ਹੋ ਜਾਏਗੀ ਰਾਈਟ ਸਾਈਡ ਨੂੰ, ਠੀਕ। ਹਾਂ, ਰੋਟੇਸ਼ਨ ਪੁੱਠੀ ਵੀ ਹੋ ਸਕਦੀ ਹੈ, ਮੰਨ ਕੇ ਚੱਲੋ ਇਹ ਗੁੱਡ ਐਕਸ ਅਗਰ ਮਹਿੰਗੀ ਹੋ ਜਾਏ ਤਾਂ ਇਹ ਇੱਥੇ ਚਲੀ ਜਾਏਗੀ ਜੀ। ਰੋਟੇਸ਼ਨ ਰਾਈਟ ਵਰਡ ਵੀ ਹੋ ਸਕਦੀ ਹੈ, ਰੋਟੇਸ਼ਨ ਲੈਫਟ ਵਰਡ ਵੀ ਹੋ ਸਕਦੀ ਹੈ। ਹੋਰ ਦੇਖੋ, ਜਿਵੇਂ ਇੱਕ ਆਹ ਬਜਟ ਲਾਈਨ ਹੈ, ਠੀਕ, ਅਤੇ ਜੇ ਗੁੱਡ ਵਾਈ ਇਹ ਸਸਤੀ ਹੋ ਜਾਵੇ ਤਾਂ ਬਜਟ ਲਾਈਨ ਇੱਦਾਂ ਹੋ ਜਾਏਗੀ, ਵਾਈ ਤੋਂ ਉੱਪਰ ਉੱਠ ਜਾਏਗੀ ਹੋਰ, ਅਤੇ ਜੇ ਕਿਤੇ ਗੁੱਡ ਵਾਈ ਮਹਿੰਗਾ ਹੋ ਜਾਏ ਤਾਂ ਥੱਲੇ ਆ ਜਾਏਗੀ, ਠੀਕ। ਆਪਣੇ ਨੋਰਮਲ ਸੀਗੀ ਬਜਟ ਲਾਈਨ, ਜਦੋਂ ਆਪਣਾ ਗੁੱਡ ਵਾਈ ਮਹਿੰਗਾ ਹੋ ਗਿਆ ਤਾਂ ਆਪਾਂ ਘੱਟ ਖਰੀਦਿਆ ਨੀਚੇ, ਜਦੋਂ ਸਸਤਾ ਹੋਇਆ ਤਾਂ ਜ਼ਿਆਦਾ ਖਰੀਦਿਆ ਉੱਪਰ। ਇਹ ਲਾਈਨਾਂ ਗੁੱਡ ਐਕਸ ਅਤੇ ਗੁੱਡ ਵਾਈ ਦੀ ਕੁਆਂਟਿਟੀ ਨੂੰ ਸ਼ੋਅ ਕਰ ਰਹੀਆਂ ਨੇ, ਪ੍ਰਾਈਸ ਨੂੰ ਸ਼ੋਅ ਨਹੀਂ ਕਰ ਰਹੀਆਂ। ਇੱਥੇ ਇੱਕ ਡਾਊਟ ਬੜਾ ਵੱਡਾ ਹੋ ਜਾਂਦਾ ਬੱਚੇ ਵਾਸਤੇ, ਕੀ ਹੈ ਆਪਾਂ ਕੀ ਦਿਖਾ ਰਹੇ ਹਾਂ, ਧਿਆਨ ਨਾਲ ਸਮਝਣਾ। ਜਿਹੜਾ ਲਗਾ ਲਓ ਆਹ ਵਾਲੀ ਹੈ ਪੁਆਇੰਟ ਏ, ਪੁਆਇੰਟ ਬੀ, ਪੁਆਇੰਟ ਸੀ। ਜਿਹੜਾ ਪੁਆਇੰਟ ਏ ਵਾਲੀ ਹੈ ਇਹ ਸ਼ੋਅ ਕਰ ਰਹੀ ਹੈ ਕਿ ਪ੍ਰਾਈਸ ਆਫ ਗੁੱਡ ਐਕਸ ਇਜ਼ ਡਿਕਰੀਜ਼ਡ, ਠੀਕ ਹੈ। ਸੀ ਪੁਆਇੰਟ ਕਿਆ ਸ਼ੋਅ ਕਰ ਰਿਹਾ, ਪ੍ਰਾਈਸ ਆਫ ਗੁੱਡ ਐਕਸ ਇਜ਼ ਇਨਕਰੀਜ਼ਡ, ਠੀਕ ਹੈ। ਤੇ ਇਧਰ ਵੀ ਧਿਆਨ ਰੱਖਣਾ, ਆਹ ਵਾਲਾ ਡਿਕਰੀਜ਼ ਹੋਇਆ ਪ੍ਰਾਈਸ ਹੈ, ਇਹ ਵਾਲਾ ਇਨਕਰੀਜ਼ ਹੋਇਆ ਪ੍ਰਾਈਸ ਹੈ, ਓਕੇ। ਹੁਣ ਗੱਲ ਕਰੀਏ ਇਸ ਚੈਪਟਰ ਦੇ ਸਭ ਤੋਂ ਜਿਹੜਾ ਮੇਨ ਟੌਪਿਕ ਸੀਗਾ ਕੰਜ਼ਿਊਮਰ ਦਾ, ਇਕਲਿਬਰੀਅਮ। ਦੇਖੋ ਜੀ, ਕੰਜ਼ਿਊਮਰ ਦਾ ਇਕਲਿਬਰੀਅਮ ਇਸ ਚੈਪਟਰ ਦੇ ਵਿੱਚ, ਮਤਲਬ ਇਸ ਟੌਪਿਕ ਦੇ ਵਿੱਚ ਕਿਵੇਂ ਆਏਗਾ, ਉੱਥੇ ਲੋੜ ਪਏਗੀ ਇੱਕ ਆਈ ਸੀ ਦੀ ਅਤੇ ਇੱਕ ਬਜਟ ਲਾਈਨ ਦੀ, ਜਿੱਥੇ ਇਹ ਦੋਨੋਂ ਆਪਸ 'ਚ ਮੈਚ ਕਰਨਗੇ ਉੱਥੇ ਹੋਏਗਾ ਕੰਜ਼ਿਊਮਰ ਦਾ ਇਕਲਿਬਰੀਅਮ। ਪਰ ਕੁਛ ਚੀਜ਼ ਹੈ ਜੋ ਤੁਹਾਨੂੰ ਸਮਝਾਉਣੀ ਹੈ ਤਾਂ ਕਿ ਡਾਊਟ ਨਾ ਮਨ 'ਚ ਰਹਿ ਜੇ। ਬੁੱਕ ਦੇ ਵਿੱਚ ਚੀਜ਼ ਚੱਜ ਨਾਲ ਦਿੱਤੀ ਨਹੀਂ ਪਈ, ਕਿਵੇਂ? ਤਿੰਨ ਤਰ੍ਹਾਂ ਦੇ ਕੇਸ ਹੋ ਸਕਦੇ ਨੇ, ਕੇਸ 1, ਕੇਸ 2 ਅਤੇ ਕੇਸ 3। ਜ਼ਰਾ ਗੌਰ ਕਰਨਾ, ਆਪਾਂ ਚਾਹੁੰਦੇ ਇਹ ਦੋਨੋਂ ਮੈਚ ਕਰਨ। ਇਹ ਪਹਿਲਾਂ ਹੋ ਸਕਦਾ ਇੱਦਾਂ, ਆਹ ਬਜਟ ਲਾਈਨ ਅਤੇ ਆਪਣੀ ਆਈ ਸੀ ਬਹੁਤ ਦੂਰ, ਠੀਕ ਹੈ। ਦੂਜਾ, ਆਹ ਬਜਟ ਲਾਈਨ, ਬਜਟ ਲਾਈਨ ਬਣ ਗਈ ਅਤੇ ਆਈ ਸੀ ਆਪਣੀ ਟੱਚ ਐਵੇਂ ਅੰਦਰ ਜਾ ਰਹੀ ਹੈ, ਠੀਕ। ਤੀਜਾ, ਆਹ ਬਜਟ ਲਾਈਨ ਅਤੇ ਆਈ ਸੀ ਇਹ ਮਾੜੀ ਟੱਚ ਕਰਕੇ ਜਾ ਰਹੀ ਹੈ,
ਠੀਕ। ਹੁਣ ਧਿਆਨ ਨਾਲ, ਬਸ ਮੈਂ ਤੁਹਾਨੂੰ ਇਹ ਸਮਝਾਉਣਾ ਸੀ, ਬੁੱਕ ਦੇ ਵਿੱਚ ਸਿਰਫ ਇਹ ਦਿੱਤਾ ਹੁੰਦਾ, ਇੱਥੇ ਹੀ ਹੈ ਜਿੱਥੇ ਇਹ ਆਈਸੀ ਤੇ ਬਜਲਿਨ ਟੱਚ ਕਰਨਗੇ ਨਾ ਇੱਕ ਪੁਆਇੰਟ ਤੇ, ਸਿੰਗਲ ਪੁਆਇੰਟ ਤੇ, ਉਸ ਨੂੰ ਬੋਲਦੇ ਆ ਆਪਾਂ ਕੰਜ਼ਿਊਮਰਸ ਇਕਲਿਬਰੀਅਮ। ਹੁਣ ਖਾਸ ਗੱਲ ਇਹ ਹੈ ਕਿ ਬੱਚੇ ਪੁੱਛਦੇ ਨੇ ਵੀ ਸਰ ਜੀ ਇੱਥੇ ਹੀ ਟੱਚ ਕੀਤਾ, ਐਵੇਂ ਕਿਉਂ ਨਹੀਂ ਆ ਸਕਦਾ? ਬਸ ਮੈਂ ਉਹੀ ਸਮਝਾਉਣਾ ਤੁਹਾਨੂੰ ਵੀ ਉੱਪਰਲੇ ਦੋ ਕੇਸਿਸ ਤਾਂ ਹੋ ਹੀ ਨਹੀਂ ਸਕਦੇ। ਕਿਵੇਂ? ਜ਼ਰਾ ਗੌਰ ਕਰਿਓ, ਬਜਟ ਤੁਹਾਡਾ ਇੱਥੇ ਹੈ ਤੇ ਤੁਸੀਂ ਗੱਲਾਂ ਇੱਥੇ ਦੀਆਂ ਕਰਦੇ ਹੋ ਹੀ ਨਹੀਂ ਸਕਦੇ। ਤੁਸੀਂ ਆਪ ਸਮਝੋ, ਆਹ ਅਟੇਨੇਬਲ ਕੰਬੀਨੇਸ਼ਨ ਹੈ, ਤੁਸੀਂ ਇੱਥੇ ਖਰਚਾ ਕਰ ਸਕਦੇ ਹੋ। ਔਕਾਤ ਹੀ ਹੈ ਕਿ ਆਪਾਂ ਇੱਥੇ ਖਰਚਾ ਕਰ ਸਕਦੇ ਹਾਂ, ਬਾਹਰ ਜਾ ਹੀ ਨਹੀਂ ਸਕਦੇ, ਫਿਰ ਤੁਸੀਂ ਆਹ ਇੱਥੇ ਕੀ ਸੁਪਨੇ ਲੈ ਰਹੇ ਹੋ? ਆਪਾਂ ਬਾਹਰ ਗੜਬੜ ਹੈ ਨਾ, ਇੱਥੇ ਕੰਜ਼ੰਪਸ਼ਨ ਦੇ ਤਾਂ ਸੁਪਨੇ ਹੀ ਹੋ ਗਏ ਫਿਰ। ਇਟ ਮੀਨਸ ਇਹ ਸਿਚੁਏਸ਼ਨ ਗਲਤ ਹੈ, ਹੋ ਹੀ ਨਹੀਂ ਸਕਦਾ, ਠੀਕ, ਕਿਉਂਕਿ ਆਪਣੇ ਕੋਲ ਪੈਸੇ ਨਹੀਂ ਹੈਗੇ। ਦੂਜਾ ਗੱਲ ਜਿਹੜੀ, ਹੁਣ ਬਜਟ ਇੱਥੇ ਹੈ ਤੇ ਅਗਰ ਆਪਾਂ ਇਸ ਕਰਵ ਨੂੰ ਦੇਖਦੇ ਹਾਂ, ਪ੍ਰੋਬਲਮ ਕਿਆ ਹੈ? ਇਸ ਕਰਵ ਨਾਲ ਦੇਖੋ ਆਪਣੇ ਕੋਲ ਇੱਥੇ ਵੀ ਪੁਆਇੰਟ ਆਉਂਦਾ, ਇੱਥੇ ਵੀ ਪੁਆਇੰਟ ਆਉਂਦਾ, ਇੱਥੇ ਵੀ ਆਉਂਦਾ, ਇੱਥੇ ਵੀ ਆਉਂਦਾ, ਠੀਕ। ਹਰ ਮਤਲਬ ਪੁਆਇੰਟ ਦਾ ਨਾ ਸੈਟਿਸਫੈਕਸ਼ਨ ਲੈਵਲ ਸੇਮ ਹੈ। ਜ਼ਰਾ ਗੌਰ ਕਰਿਓ, ਏ ਬੀ ਸੀ ਡੀ, ਠੀਕ ਹੈ, ਅਤੇ ਈ ਵੀ ਲਾ ਲਓ। ਹੁਣ ਓਬਵੀਅਸਲੀ ਪੁਆਇੰਟ ਈ 'ਤੇ ਆਪਾਂ ਟੱਚ ਨਹੀਂ ਕਰ ਸਕਦੇ, ਪੁਆਇੰਟ ਈ 'ਤੇ ਤਾਂ ਆਪਾਂ ਪੈਸੇ ਲਾ ਹੀ ਨਹੀਂ ਸਕਦੇ, ਪੈਸੇ ਹੈ ਹੀ ਨਹੀਂ ਗਏ ਨੇ, ਕਿਉਂਕਿ ਉਹ ਬਜਟ ਲਾਈਨ ਤੋਂ ਬਾਹਰ ਚਲਾ ਗਿਆ। ਤੁਸੀਂ ਏ 'ਤੇ ਪੈਸਾ ਲਾ ਸਕਦੇ ਹੋ, ਬੀ 'ਤੇ ਲਾ ਸਕਦੇ ਹਾਂ, ਸੀ 'ਤੇ ਲਾ ਸਕਦੇ ਹਾਂ, ਡੀ 'ਤੇ ਲਾ ਸਕਦੇ ਹਾਂ। ਤੁਸੀਂ ਸੋਚ ਕੇ ਦੇਖੋ ਇੱਕ ਸਿਆਣਾ ਬੰਦਾ ਇਹ ਚਾਰਾਂ ਤੋਂ, ਚਾਰਾਂ ਵਿੱਚੋਂ ਕਿਸ 'ਤੇ ਪੈਸਾ ਲਾਊਗਾ? ਅਗਰ ਪਤਾ ਆਪਾਂ ਨੂੰ ਵੀ ਏ ਬੀ ਸੀ ਡੀ 'ਤੇ ਸੈਟਿਸਫੈਕਸ਼ਨ ਲੈਵਲ ਸੇਮ ਹੈ, ਤਾਂ ਤੁਹਾਨੂੰ ਕੀ ਲੱਗਦਾ ਬੈਸਟ ਕਿਸ 'ਤੇ ਹੋਊਗਾ ਪੈਸਾ ਲਾਉਣਾ? ਉਸ 'ਤੇ ਹੀ ਹੋਊਗਾ ਜਿਹੜਾ ਪੁਆਇੰਟ ਓਰੀਜਨ ਦੇ ਸਭ ਤੋਂ ਨੇੜੇ ਹੋਊਗਾ, ਮਤਲਬ ਜਿੱਥੇ ਖਰਚਾ ਸਭ ਤੋਂ ਘੱਟ ਹੋਊਗਾ ਉਸ 'ਤੇ ਪੈਸਾ ਲਾਊਗਾ। ਤਾਂ ਬੰਦਾ ਬੀ 'ਤੇ ਪੈਸਾ ਲਾ ਦੂਗਾ, ਸਿੱਧੀ ਜੀ ਗੱਲ, ਉਹ ਤਾਂ ਸੀ 'ਤੇ ਡੀ ਕਹਿੰਦੇ ਦੇਖੂਗਾ ਵੀ ਨਹੀਂ, ਇਹ 'ਤੇ ਵੀ ਬਿਲਕੁਲ ਦੇਖੂਗਾ ਨਹੀਂ ਉਹ 'ਤੇ ਕਹਿੰਦੇ, ਕਿਉਂਕਿ ਉਹਨੂੰ ਏ ਦੇ ਉੱਤੇ ਬਿਲਕੁਲ ਉਹਦਾ ਸਿਰ ਦਾ ਬਜਟ ਪੂਰਾ ਲਾਉਣਾ ਪਊਗਾ ਪੈਸੇ ਦਾ, ਡੀ 'ਤੇ ਵੀ ਪੂਰਾ ਲਾਉਣਾ ਪਊਗਾ, ਸੀ 'ਤੇ ਜ਼ਿਆਦਾ ਲਾਉਣਾ ਪਊਗਾ ਬੀ ਤੋਂ, ਤਾਂ ਓਬਵੀਅਸਲੀ ਉਹ ਬੀ 'ਤੇ ਪੈਸਾ ਲਾਏਗਾ। ਤਾਂ ਇਹ ਸਿਚੁਏਸ਼ਨ ਕੋਈ ਐਡੀ ਸੋਹਣੀ ਨਹੀਂ ਹੈਗੀ। ਸਭ ਤੋਂ ਬੈਸਟ ਮੰਨੀ ਜਾਂਦੀ ਹੈ ਆਹ ਵਾਲੀ ਜੀ, ਕਿ ਆਪਣੀ ਕਰਵ ਹੈ ਇੱਦਾਂ ਦੀ ਅਤੇ ਆਪਣਾ ਬਜਟ ਹੈ ਇੱਦਾਂ ਦਾ, ਆਪਣਾ ਕੋਈ ਸ਼ੌਂਕ ਅਤੇ ਆਪਣੀ ਕੋਈ ਸੈਟਿਸਫੈਕਸ਼ਨ ਲੈਵਲ ਆਪਣਾ ਇਸ ਹਿਸਾਬ ਦਾ ਹੋਇਆ ਪਿਆ, ਪਰ ਆਪਾਂ ਕੀ ਭਰ ਰਹੇ ਹਾਂ ਕਿ ਆਪਾਂ ਆਪਣੇ ਬਜਟ ਦਾ ਬੈਸਟ ਯੂਜ਼ ਕਰਕੇ, ਬੈਸਟ ਯੂਜ਼ ਕਰਕੇ ਆਪਾਂ ਉਸ ਪੁਆਇੰਟ ਨੂੰ ਟੱਚ ਕਰ ਸਕੀਏ ਕਿ ਆਪਾਂ ਨੂੰ ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲੇ, ਵੱਧ ਤੋਂ ਵੱਧ ਸੈਟਿਸਫੈਕਸ਼ਨ ਮਿਲੇ। ਹੁਣ ਇੱਕ ਮਿੰਟ, ਇਹ ਤਿੰਨਾਂ ਨੂੰ ਮੜ ਜਾ ਇੱਦਾਂ ਦੇਖ ਕੇ ਦੇਖਿਓ ਤੁਸੀਂ, ਆਹ ਮੇਰੀ ਬਜਟ ਲਾਈਨ ਹੈ, ਠੀਕ, ਕਰਵ ਦੇਖਿਓ, ਇੱਕ ਕਰਵ ਆਹ ਹੈ ਆਈ ਸੀ 1, ਇੱਕ ਕਰਵ ਹੈ ਆਹ ਆਈ ਸੀ 2, ਇੱਕ ਹੈ ਆਈ ਸੀ 3। ਸੋਚ ਕੇ ਦੇਖੋ, ਆਈ ਸੀ 1 ਮੇਰੇ ਵਾਸਤੇ ਕਬਾੜਾ ਹੈ, ਕਿਉਂ? ਕਿਉਂਕਿ ਮੇਰੇ ਪੈਸੇ ਇੰਨੇ ਲੱਗ ਰਹੇ ਨੇ, ਪਰ ਸੈਟਿਸਫੈਕਸ਼ਨ ਮੈਨੂੰ ਦਿਖ ਰਿਹਾ ਵੀ ਆਈ ਸੀ 2 ਤੋਂ ਜ਼ਿਆਦਾ ਹੋਏਗੀ, ਕਿਉਂਕਿ ਆਈ ਸੀ 2 ਉਸ ਤੋਂ ਉੱਤੇ ਹੈ, ਆਈ ਸੀ 3 ਮੇਰੀ ਔਕਾਤ ਤੋਂ ਬਾਹਰ ਹੈ, ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਤਾਂ ਬਸ ਇੰਨੀ ਕੁ ਲਾਈਨ ਤੱਕ ਪੈਸੇ ਲਾ ਸਕਦਾ ਮੈਂ, ਠੀਕ। ਤਾਂ ਆਈ ਸੀ 2 ਜਿਹੜੀ ਆਪਣੇ ਕੋਲ ਸਿਰਫ ਇੱਕ ਪੁਆਇੰਟ 'ਤੇ ਟੱਚ ਕਰਦੀ ਹੈ, ਉਹ ਬੈਸਟ ਸਿਚੁਏਸ਼ਨ ਹੈ। ਜਿੱਥੇ ਆਈ ਸੀ ਕਰ ਇੰਡਫਰੈਂਸ ਕਰ ਅਤੇ ਬਜਟ ਲਾਈਨ ਸਿੰਗਲ ਪੁਆਇੰਟ 'ਤੇ ਟੱਚ ਕਰਨਗੇ, ਉੱਥੇ ਆਏਗਾ ਕੰਜ਼ਿਊਮਰ ਦਾ ਇਕਲਿਬਰੀਅਮ, ਠੀਕ। ਐਕਸਪਲੇਨੇਸ਼ਨ ਬੁੱਕ ਦੇ ਵਿੱਚੋਂ ਪੜ੍ਹ ਲੈਣਾ, ਉਸ ਅਕੋਰਡਿੰਗ ਆਂਸਰ ਲਿਖਣਾ, ਜਿਸ ਜਿੰਨਾ ਕੁ ਤੁਹਾਨੂੰ ਕੁਐਸਚਨ
ਦੇ ਮਾਰਕਸ ਆਏ ਹੋਏ ਨੇ। 6 ਨੰਬਰ 'ਚ ਕੁਸ਼ਚਨ ਦਾ ਆਂਸਰ ਬਹੁਤ ਬੜਾ ਹੋ ਜਾਏਗਾ। 6 ਨੰਬਰ 'ਚ ਆਂਸਰ ਕਿਵੇਂ ਦਊਂਗੇ? ਬਜਟ ਬਾਰੇ ਪੂਰਾ ਐਕਸਪਲੇਨ ਕਰੋ, ਇਨਡਿਫਰੈਂਸ ਕਰਵ ਬਾਰੇ ਪੂਰਾ ਐਕਸਪਲੇਨ ਕਰੋ, ਫਿਰ ਦੋਹਾਂ ਦੀ ਫਿਗਰਸ ਨੂੰ ਆਪਸ 'ਚ ਇਕੱਠਾ ਕਰਕੇ ਇਹਨੂੰ ਐਕਸਪਲੇਨ ਕਰੋ, ਠੀਕ ਹੈ? ਉੱਥੇ ਤੁਸੀਂ 3 ਦਿਨ ਬਣਾਉਣ ਦੀ ਲੋੜ ਨਹੀਂ ਪੈਣੀ। ਪੇਪਰ ਦੇ ਵਿੱਚ ਟੀਚਰ ਨੂੰ ਸਿਰਫ ਇੱਕੋ ਹੀ ਪਸੰਦ ਹੈ, ਆਹ ਵਾਲਾ, ਜਿੱਥੇ ਤੁਸੀਂ ਸਿਰਫ ਇੱਕ ਆਈਸੀ ਨੂੰ ਅਤੇ ਬਜਟ ਲਾਈਨ ਨੂੰ ਟੱਚ ਕਰਦੇ ਦਿਖਾਓਗੇ, ਸਿੰਗਲ ਪੁਆਇੰਟ, ਠੀਕ? ਆਈਸੀ ਜਿੱਥੇ ਟੱਚ ਕਰੇਗੀ ਬਜਟ ਲਾਈਨ ਨੂੰ, ਕੰਜ਼ਿਊਮਰ ਦਾ ਇਕਲਿਬ੍ਰੀਅਮ ਆ ਗਿਆ। ਫਿਰ ਵੀ ਦੋ ਗੱਲਾਂ ਛੋਟੀਆਂ ਜਿਹੀਆਂ ਹੋਰ ਦੱਸਣ ਵਾਲੀਆਂ ਨੇ, ਐਵੇਂ ਲਾ ਲਓ ਐਕਸਪਲੇਨੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਕਿਤੇ ਕੰਮ ਆ ਸਕਦੀਆਂ ਨੇ ਪੇਪਰ 'ਚ, ਅਗਰ ਕੁਸ਼ਚਨ ਨੂੰ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਐਕਸਪਲੇਨ ਕਰਨਾ ਹੈ। ਬੋਲਿਆ ਜਾਂਦਾ ਰੈਸ਼ਨਲ ਬਿਹਾਇੰਡ ਦਾ ਕੰਡੀਸ਼ਨਸ ਆਫ ਇਕਲਿਬ੍ਰੀਅਮ, ਦੋ ਕੰਡੀਸ਼ਨਸ ਨੇ ਉਹਨਾਂ ਪਿੱਛੇ ਤਕੜੇ ਜਿਹੇ ਕਾਰਨ ਨੇ। ਕੰਜ਼ਿਊਮਰ ਦਾ ਇਕਲਿਬ੍ਰੀਅਮ ਆਏਗਾ ਫਸਟ ਕੰਡੀਸ਼ਨ, ਜਿੱਥੇ ਸਲੋਪ ਆਫ ਆਈ ਸੀ ਅਤੇ ਸਲੋਪ ਆਫ ਬਜਟ ਲਾਈਨ ਜਾਂ ਕਹਿ ਲਓ ਸਲੋਪ ਆਫ ਪ੍ਰਾਈਸ ਲਾਈਨ ਮੈਚ ਕਰਨਗੀਆਂ, ਇਕੁਅਲ ਹੋਣਗੀਆਂ। ਇਸ ਨੂੰ ਕਈ ਵਾਰੀ ਐਮ ਸੀ ਕਿਊਜ਼ ਦੇ ਵਿੱਚ ਅਤੇ ਟੀਚਰਸ ਲਾ ਲਓ ਬਹੁਤ ਜ਼ਿਆਦਾ ਵਧੀਆ ਇਸ ਤਰੀਕੇ ਨਾਲ ਦੇਖਣਾ ਚਾਹੁੰਦੇ ਨੇ। ਸਲੋਪ ਆਫ ਆਈ ਸੀ ਦਾ ਫਾਰਮੂਲਾ ਯਾਦ ਹੈ, ਮਾਰਜਨ ਰੇਟ ਆਫ ਸਬਸਟੀਟਿਊਸ਼ਨ, ਠੀਕ ਹੈ? ਕਿਉਂਕਿ ਆਈ ਸੀ ਜਿਹੜੀ ਸੀਗੀ ਉਹਦੇ ਵਿੱਚ ਜਦੋਂ ਆਪਾਂ ਇੱਕ ਪ੍ਰੋਡਕਟ ਵਧਾਉਂਦੇ ਹਾਂ ਤਾਂ ਦੂਜਾ ਘੱਟਦਾ ਜਾਂਦਾ, ਰੇਟ ਆਫ ਸਬਸਟੀਟਿਊਸ਼ਨ ਹੁੰਦੀ ਜਾਂਦੀ ਹੈ। ਮਾਰਜਨ ਰੇਟ ਆਫ ਸਬਸਟੀਟਿਊਸ਼ਨ ਦਾ ਫਾਰਮੂਲਾ ਵੀ ਸੀਗਾ, ਲੋਸ ਆਫ ਯੂਟੀਲਿਟੀ ਡਿਵਾਈਡ ਬਾਈ ਗੇਨ ਆਫ ਯੂਟੀਲਿਟੀ, ਠੀਕ ਹੈ? ਜਿਵੇਂ ਜਿਵੇਂ ਆਪਾਂ ਇੱਕ ਪ੍ਰੋਡਕਟ ਘਟਾ ਰਹੇ ਹਾਂ ਦੂਸਰਾ ਲੈਣ ਦੇ ਮਾਰੇ, ਠੀਕ? ਅਤੇ ਸਲੋਪ ਆਫ ਬਜਟ ਲਾਈਨ ਇਹਦਾ ਫਾਰਮੂਲਾ ਕੀ ਸੀਗਾ? ਪੀ ਐਕਸ ਅਪੋਨ ਪੀ ਵਾਈ, ਕਿਉਂਕਿ ਉਹ ਜਿਹੜਾ ਸਲੋਪ ਬਣਦੀ ਹੈ ਇਹ ਦੋਹਾਂ ਪ੍ਰੋਡਕਟਸ ਦੇ ਪ੍ਰਾਈਸਿਸ ਦੇ ਅਕੋਰਡਿੰਗ ਹੀ ਬਣਦੀ ਹੈ, ਠੀਕ? ਜਿੱਥੇ ਦੋਨੋਂ ਫਿਗਰਸ ਮੈਚ ਕਰਨਗੀਆਂ ਉੱਥੇ ਤੁਹਾਡਾ ਇਕਲਿਬ੍ਰੀਅਮ ਆ ਜਾਏਗਾ ਜੀ। ਇੰਨੀ ਗੱਲ ਹੈ। ਅਗਲੀ ਗੱਲ ਹੋਰ ਵੀ ਹੈ ਛੋਟੀ ਜੀ, ਆਈ ਸੀ ਇਜ਼ ਕਨਵੈਕਸ ਟੂ ਦਾ ਓਰੀਜਨ ਐਟ ਦ ਪੁਆਇੰਟ ਆਫ ਇਕਲਿਬ੍ਰੀਅਮ। ਆਈ ਸੀ ਦਾ ਓਰੀਜਨ 'ਤੇ ਕਨਵੈਕਸ ਹੋਣਾ ਬੜਾ ਜ਼ਰੂਰੀ ਹੈ। ਅਗਰ ਕਨਵੈਕਸ ਨਹੀਂ ਹੁੰਦੀ, ਅਗਰ ਉਹਦੀ ਸ਼ੇਪ ਸਿੱਧੀ ਬਣਦੀ ਹੈ, ਅਵਲ ਤਾਂ ਆਪਾਂ ਪ੍ਰੋਪਰਟੀ ਪੜ੍ਹੀ ਹੈ ਕਿ ਆਈ ਸੀ ਸਿੱਧੀ ਬਣਦੀ ਨਹੀਂ, ਆਈ ਸੀ ਨਾ ਤਾਂ ਕਨਕੇਵ ਬਣ ਸਕਦੀ ਹੈ ਨਾ ਹੀ ਕਨਵੈਕਸ ਬਣ ਸਕਦੀ, ਓ ਨਾ ਹੀ ਸਟ੍ਰੇਟ ਲਾਈਨ ਹੋ ਸਕਦੀ ਹੈ। ਆਈ ਸੀ ਦੀ ਮਜਬੂਰੀ ਹੈ ਆਈ ਸੀ ਇੱਦਾਂ ਹੀ ਬਣੇਗੀ, ਸਿੱਧੀ ਸ਼ੇਪ ਹੀ ਕਨਵੈਕਸ ਬਣਦੀ ਹੈ, ਉਹਦਾ ਕਨਵੈਕਸ ਹੋਣਾ ਜ਼ਰੂਰੀ ਹੈ। ਮੋਨੋਟੋਨਿਕ ਪ੍ਰੈਫਰੈਂਸ ਵੀ ਇਹਦਾ ਇੱਕ ਤਕੜਾ ਰੀਜ਼ਨ ਹੈ। ਆਈ ਸੀ ਦਾ ਕਨਵੈਕਸ ਹੋਣ ਦਾ ਕੀ ਕਾਰਨ ਸੀਗਾ? ਬੇਸਿਕਲੀ ਆਈ ਸੀ ਕਨਵੈਕਸ ਹੁੰਦੀ ਸੀਗੀ ਇਸ ਕਰਕੇ ਕਿਉਂਕਿ ਆਪਾਂ ਜਦੋਂ ਇੱਕ ਪ੍ਰੋਡਕਟ ਨੂੰ ਛੋੜ ਕੇ ਦੂਸਰੇ ਨੂੰ ਕੰਜ਼ਿਊਮ ਕਰ ਰਹੇ ਹਾਂ ਤਾਂ ਜਿਹਨੂੰ ਆਪਾਂ ਛੋੜਦੇ ਜਾ ਰਹੇ ਹਾਂ ਉਹਦਾ ਛੱਡਣਾ ਆਪਾਂ ਨੂੰ ਅੱਖਰ ਰਿਹਾ, ਆਪਾਂ ਨੂੰ ਯਾਦ ਆ ਰਿਹਾ, ਤਾਂ ਉਹਦਾ ਛੋੜਦੇ ਜਾਣਾ ਆਪਣਾ ਘਟਦਾ ਜਾਂਦਾ ਹੁੰਦਾ। ਜੇ ਤੁਹਾਨੂੰ ਯਾਦ ਆਵੇ ਆਪਾਂ ਨੇ ਟੇਬਲ ਇੱਦਾਂ ਬਣਾਇਆ ਸੀ ਆਈ ਸੀ ਦਾ, ਪ੍ਰੋਡਕਟ ਐਕਸ ਪ੍ਰੋਡਕਟ ਵਾਈ, ਅਗਰ ਮੈਂ ਪ੍ਰੋਡਕਟ ਆ ਵਧਾ ਰਿਹਾ 1 2 3 4 ਤਾਂ ਓਬਵੀਅਸਲੀ ਇਹਨੂੰ ਵਧਾਉਣ ਦੇ ਚੱਕਰ 'ਚ ਮੈਂ ਇਹਨੂੰ ਘਟਾਊਂਗਾ, ਪਰ ਇਹਨੂੰ ਘਟਾਊਂਗਾ ਕਿਸ ਹਿਸਾਬ ਨਾਲ? ਪਹਿਲਾਂ ਤਾਂ ਮੈਂ ਬਹੁਤ ਘਟਾ ਲੂੰਗਾ, ਫਿਰ ਮੈਂ ਥੋੜ੍ਹਾ ਜਿਹਾ ਘੱਟ ਘਟਾਊਂਗਾ, ਫਿਰ ਉਦੋਂ ਘੱਟ ਘਟਾਊਂਗਾ। ਪਹਿਲਾਂ ਮੈਂ ਜ਼ਿਆਦਾ ਘਟਾਇਆ, ਫਿਰ ਮੈਂ ਉਸ ਤੋਂ ਘੱਟ ਘਟਾਇਆ, ਫਿਰ ਮੈਂ ਉਸ ਤੋਂ ਘੱਟ ਘਟਾਇਆ, ਠੀਕ ਹੈ? ਇੱਕ ਪ੍ਰੋਡਕਟ ਨੂੰ ਲੈਣ ਲੱਗਿਆਂ ਜੋ ਦੂਸਰੇ ਨੂੰ ਛੋੜਦੇ ਹਾਂ ਤਾਂ ਉਹਦੀ ਇੱਕ ਇੰਟੈਂਸਿਟੀ ਆਫ ਡਿਜ਼ਾਇਰ ਹੈ ਜਿਹੜੀ ਵਧਣ ਲੱਗ ਜਾਂਦੀ ਹੈ, ਜਿਹਨੂੰ ਆਪਾਂ ਛੱਡ ਰਹੇ ਹਾਂ ਉਹਦੀ ਯਾਦ ਆਉਣ ਲੱਗ ਜਾਂਦੀ ਹੈ, ਬੇਸਿਕਲੀ ਤਾਂ ਇੱਦਾਂ ਕਹਿ ਸਕਦੇ ਤੁਸੀਂ, ਠੀਕ ਹੈ? ਅਤੇ ਉਸ ਚੱਕਰ ਦੇ ਵਿੱਚ ਆਕਾਰ ਉੱਪਰ ਉੱਠ ਜਾਂਦੀ ਹੈ, ਅਤੇ ਇਹਦਾ ਉੱਪਰ ਉੱਠਣਾ ਬਹੁਤ ਜ਼ਰੂਰੀ ਹੈ। ਇਸੇ ਨਾਲ ਹੀ ਫਿਰ ਜਦੋਂ ਇੱਥੇ ਬਜਟ ਲਾਈਨ ਟੱਚ ਕਰੇਗੀ ਇਕਲਿਬ੍ਰੀਅਮ ਆਏਗਾ। ਆਪਣਾ ਮੈਨੂੰ ਲੱਗਦਾ ਚੈਪਟਰ ਮੁੱਕ ਗਿਆ,
ਫਿਲਹਾਲ ਇਸ ਵੀਡੀਓ ਵਿੱਚ ਬਸ ਇੰਨਾ ਕੁ ਹੀ, ਮਿਲਦੇ ਹਾਂ ਜਲਦ ਹੀ ਨੈਕਸਟ ਵੀਡੀਓ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ।